ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਸਾਹਿਬ ਦਾ ਇੱਕ ਵਾਕ ਹੈ, ਰਾਗ ਰਤਨ ਪਰੀਆਂ ਪਰਿਵਾਰ। ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ, ਰਾਗ ਰਤਨ ਪਰੀਆਂ ਪਰਿਵਾਰ, ਤਿਸ ਵਿੱਚ ਉਪਜੈ ਅੰਮ੍ਰਿਤਸਾਰ। ਨਾਨਕ ਇਹ ਕਰਤੇ ਕਾ ਧਨਮਾਲ। ਵਾਹਿਗੁਰੂ ਦਾ ਜੋ ਖਜ਼ਾਨਾ ਹੈ ਨਾ, ਇਹ ਹੋਰ ਕੁਛ ਨਹੀਂ, ਸਿਰਫ ਇਹ ਹੈ ਕਿ ਚਾਰ ਚੀਜ਼ਾਂ ਜਿਸ ਥਾਂ 'ਤੇ ਇਕੱਠੀਆਂ ਹਨ, ਸਮਝ ਲਓ ਵਾਹਿਗੁਰੂ ਦਾ ਖਜ਼ਾਨਾ ਉਸ ਥਾਂ 'ਤੇ ਪਿਆ ਹੈ। ਸਭ ਤੋਂ ਜ਼ਰੂਰੀ ਹੈ ਰਾਗ। ਰਾਗ ਵਿੱਚ ਬੜੀ ਤਾਕਤ ਹੈ, ਪਰ ਐਸ਼ ਲਈ ਵਰਤਿਆ ਜਾਂਦਾ ਹੈ, ਕਾਮ ਲਈ ਵੀ ਵਰਤਿਆ ਜਾਂਦਾ। ਇਸ ਕਰਕੇ ਮਹਾਰਾਜ ਨੇ ਦੂਸਰਾ ਨਾਲ ਸ਼ਬਦ ਦੇ ਦਿੱਤਾ, ਰਤਨ। ਅਗਰ ਵਿੱਚ ਸ਼ਬਦ ਹੈ, ਸ਼ਬਦ ਵਿੱਚ ਸ਼ਵਾ ਹੈ, ਸ਼ਬਦ ਵਿੱਚ ਸ਼ਕਤੀ ਹੈ, ਸ਼ਬਦ ਵਿੱਚ ਮੇਲਣ ਦੀ ਸ਼ਕਤੀ ਹੈ। ਰਤਨ ਦੇ ਅਰਥ ਹੀ ਇਹ ਹਨ ਕਿ ਸ਼ਬਦ ਵਿੱਚੋਂ ਜੋ ਨਿਕਲਦੀ ਹੈ ਰੋਸ਼ਨੀ, ਇਹ ਇਸ ਰਾਗੀ ਨੂੰ ਪਤਾ ਹੋਣੀ ਚਾਹੀਦੀ। ਰਾਗ ਰਤਨ ਪਰੀਆਂ, ਅਤੇ ਜਿਵੇਂ ਰੂਹ ਨੇ ਉਡਾਨ ਭਰਨੀ ਹੈ, ਇਵੇਂ ਹੀ ਅਲਾਪ ਕਰਦਿਆਂ ਵੀ ਇੱਕ ਭਰੀ ਜਾ ਰਹੀ ਹੈ ਉਡਾਨ। ਲੇਕਿਨ ਉਡਾਨ ਭਰਨ ਵੇਲੇ ਪਤਾ ਹੋਣਾ ਚਾਹੀਦਾ ਹੈ ਕਿਸ ਘਰ 'ਤੇ ਮੈਂ ਪੁੱਜਣਾ ਹੈ ਅਤੇ ਕਿਸ ਘਰ ਤੋਂ ਸ਼ੁਰੂ ਹੋਇਆ। ਇਹ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਘਰ ਲਿਖੇ ਹੋਏ ਹਨ, ਪਰਿਵਾਰ। ਗੁਰੂ ਨਾਨਕ ਪਿਤਾ ਫਰਮਾਉਂਦੇ ਨੇ, ਇਹ ਚਾਰ ਚੀਜ਼ਾਂ ਜਿਸ ਥਾਂ 'ਤੇ ਹਨ, ਰਾਗ ਰਤਨ ਪਰੀਆਂ ਪਰਿਵਾਰ, ਤਿਸ ਵਿੱਚ ਉਪਜੈ ਅੰਮ੍ਰਿਤ ਸਾਰ। ਫਿਰ ਅੰਮ੍ਰਿਤ ਜੋ ਹੈ ਜਾਂ ਅੰਮ੍ਰਿਤ ਦੀ ਧਾਰਾ ਹੈ, ਆਪਣੇ ਆਪ ਉਪਜ ਪਵੇਗੀ। ਨਾਨਕ ਇਹ ਕਰਤੇ ਕਾ ਧਨ ਮਾਲ। ਵਾਹਿਗੁਰੂ ਦਾ ਇਹ ਹੈ ਖਜ਼ਾਨਾ। ਇਸ ਕਰਕੇ ਸਾਡੇ ਘਰ ਕੀਰਤਨ ਨੂੰ ਮਹੱਤਤਾ ਦਿੱਤੀ ਗਈ, ਤਾਂ ਕਿ ਕੋਈ ਇਨਸਾਨ ਵਾਹਿਗੁਰੂ ਦੇ ਖਜ਼ਾਨੇ ਨੂੰ ਲੱਭਣ ਲਈ ਕਿਸੇ ਹੋਰ ਥਾਂ 'ਤੇ ਨਾ ਚਲਾ ਜਾਏ। ਇਸ ਕਰਕੇ ਮਹਾਰਾਜ ਗੁਰੂ ਅਰਜਨ ਪਿਤਾ ਨੇ ਵੀ ਇਹੀ ਫਰਮਾਇਆ ਕਿ ਜੇ ਚਾਰ ਚੀਜ਼ਾਂ ਇੱਕ ਥਾਂ 'ਤੇ ਹਨ, ਰਾਗ ਰਤਨ ਰਸਨਾ ਅਲਾਪ, ਜੇ ਕੋਈ ਇਹ ਚਾਰ ਚੀਜ਼ਾਂ ਇਕੱਠੀਆਂ ਕਰ ਰਿਹਾ ਹੈ, ਬੋਲ ਰਿਹਾ ਹੈ, ਸੁਣ ਰਿਹਾ ਹੈ, ਇਹ ਵਾਹਿਗੁਰੂ ਨੇ ਇੱਕ ਤਿਆਰ ਕੀਤਾ ਨੁਸਖਾ, ਰਾਮ ਰਸਾਇਣ। ਇੱਕ ਐਸਾ ਨੁਸਖਾ ਹੈ, ਰਸਾਇਣ ਹੈ, ਜਿਸ ਦੇ ਨਾਲ ਆਤਮ ਧਰਾਵ, ਆਤਮਾ ਜੋ ਹੈ ਸੰਤੁਸ਼ਟ ਹੋ ਜਾਏਗੀ। ਅਤੇ ਜੇ ਆਤਮਾ ਸੰਤੁਸ਼ਟ ਹੈ, ਸਰੀਰ ਕਿਸ ਥਾਂ 'ਤੇ ਜਾਏਗਾ? ਇਸ ਕਰਕੇ ਆਪ ਗੁਰੂ ਨਾਨਕ ਪਿਤਾ ਨੇ ਕੀਰਤਨ ਦੀ ਮਹਿਮਾ ਸਾਡੇ ਘਰ ਵਿੱਚ ਨਾ ਸਿਰਫ ਇਸ ਨੂੰ ਮਨਜ਼ੂਰ ਕਰਵਾਇਆ, ਬਲਕਿ ਆਪ ਹੀ ਸਾਨੂੰ ਸਮਝਾਉਂਦੇ ਰਹੇ ਕਿ ਕਿਤਨੀ ਇਸ ਦੀ ਮਹਿਮਾ ਹੈ। ਇੰਝ ਜਾਣ ਲਈਏ, ਕੀਰਤਨ ਹੀ ਸਾਡੀ ਅਸਲ ਵਿੱਚ ਐਕਟੀਵਿਟੀ ਹੈ। ਇਹ ਕੋਈ ਬੈਠੇ ਨਹੀਂ ਹੋਏ, ਮਤਲਬ ਕਿਸੇ ਨੂੰ ਖਿਆਲ ਹੋ ਜਾਏ ਕਿ ਅਸੀਂ ਇੱਥੇ ਬੈਠੇ ਹੋਏ ਹਾਂ, ਕਿ ਕੋਈ ਅਸੀਂ ਕਰਮ ਨਹੀਂ ਕਰ ਰਹੇ। ਇਹ ਆਪਣੇ ਆਪ ਹੀ, ਜਿਸ ਵੇਲੇ ਕੋਈ ਸੰਗਤ ਵਿੱਚ ਬੈਠ ਕੇ ਕੀਰਤਨ ਸੁਣ ਰਿਹਾ ਹੈ, ਉਸ ਦੀ ਜੋ ਅਵਸਥਾ ਹੈ ਬਦਲਣੀ ਸ਼ੁਰੂ ਹੋ ਗਈ ਹੈ। ਆਪ ਗੁਰੂ ਨਾਨਕ ਸਾਹਿਬ ਜਿਸ ਵੇਲੇ ਮਰਦਾਨੇ ਨੂੰ ਕਹਿੰਦੇ ਸਨ, ਇਹੀ ਸ਼ਬਦ ਬੋਲਦੇ ਸਨ। ਇਹ ਵੱਖਰੀ ਗੱਲ ਹੈ, ਕੋਈ ਅਣਜਾਣ ਆਦਮੀ ਨਾ ਪੜ੍ਹਿਆ ਨਾ ਜਾਣਿਆ ਨਾ ਦੇਖਿਆ ਕਹਿ ਦੇਵੇ, ਗੁਰੂ ਨਾਨਕ ਸਾਹਿਬ ਕਹਿੰਦੇ ਸਨ, ਛੇੜ ਮਰਦਾਨਿਆਂ ਰਬਾਬ ਬਾਣੀ ਆਈ। ਬਾਣੀ ਆਈ ਨਹੀਂ ਹੈ, ਸ਼ਬਦ ਉੱਥੇ ਲਿਖੇ ਹੋਏ ਹਨ, ਛੇੜ ਮਰਦਾਨਿਆਂ ਰਬਾਬ ਕਾਈ ਸਿਫਤ ਖੁਦਾ ਦੇ ਦੀਦਾਰ ਦੀ ਕਰੀਏ। ਇਹ ਜੋ ਕੁਛ ਹੈ ਖੁਦਾ ਦੇ ਦੀਦਾਰ ਲਈ ਹੈ, ਕਿਉਂਕਿ ਜਿਸ ਵੇਲੇ ਚਾਰ ਚੀਜ਼ਾਂ ਰਲ ਜਾਣਗੀਆਂ, ਜਿਸ ਖੁਦਾ ਨੂੰ ਢੂੰਡਣ ਲਈ ਅਸੀਂ ਲੱਭਦੇ ਪਏ ਹਾਂ, ਮਿਲ ਜਾਏਗਾ। ਇਹ ਨਾਰਦ ਦੇ ਹੱਥ ਵਿੱਚ ਫੜਾਈ ਹੋਈ ਨੇ ਵੀਨਾ, ਨਾਰਦ ਸ਼ਰਾਰਤੀ ਹੈ,
ਨਾਰਦ ਦਾ ਮੈਂ ਨਹੀਂ ਇਹ ਸ਼ਰਾਰਤੀ ਚਲਾ ਅਤੇ ਗੁਰਬਾਣੀ ਵਿੱਚ ਤਾਂ ਮਨ ਨੂੰ ਨਾਰਦ ਕਿਹਾ ਹੈ, ਨਾਰਦ ਨਾਚੇ ਕਲਕਾ ਭਾਉ। ਇਹ ਅਤ ਸ਼ਰਾਰਤੀ ਇਨਸਾਨ ਸੀ, ਝਗੜੇ ਪਾਉਂਦਾ ਸੀ ਅਤੇ ਗੁਰੂ ਪਿਤਾ ਨੇ ਇਸ ਨੂੰ ਮਨ ਨਾਲ ਤਸ਼ਬੀਹ ਦੇ ਦਿੱਤੀ, ਇਹਦੇ ਹੱਥ 'ਚ ਵੀਨਾ ਫੜਾ ਦਿੱਤੀ ਅਤੇ ਪ੍ਰਭੂ ਨੂੰ ਇੱਕ ਦਿਨ ਜਾ ਕੇ ਕਹਿਣ ਲੱਗਾ, ਤੈਨੂੰ ਢੂੰਡ ਆਇਆ ਹਾਂ ਜੰਗਲਾਂ 'ਚ ਵਣਾਂ ਵਿੱਚ ਸਾਧੂਆਂ ਕੋਲ ਸਮਾਧੀਆਂ ਲੱਗੀਆਂ ਦੇਖ ਕੇ, ਤੂੰ ਮੈਨੂੰ ਮਿਲਿਆ ਨਹੀਂ ਹੈ। ਅਤੇ ਪ੍ਰਭੂ ਕਹਿਣ ਲੱਗੇ, ਨਾਰਦ ਜਿੱਥੇ ਕੋਈ ਕੀਰਤਨ ਵਿੱਚ ਜੁੜਿਆ ਹੈ ਮੈਨੂੰ ਉੱਥੇ ਜਾ ਕੇ ਦੇਖ, ਹੋਰ ਕਿਸੇ ਥਾਂ 'ਤੇ ਮੈਂ ਹੈ ਨਹੀਂ ਹਾਂ। ਜਿੱਥੇ ਵੀ ਕੀਰਤਨ ਹੋ ਰਿਹਾ ਹੈ ਪ੍ਰਭੂ ਆਪ ਉਸ ਥਾਂ 'ਤੇ ਬੈਠਾ ਹੈ। ਇਹੀ ਸੀ ਗੱਲ ਜਿਹੜੀ ਭਾਈ ਗੁਰਦਾਸ ਜੀ ਨੇ ਸਾਨੂੰ ਸਮਝਾਈ, ਗੁਰਮੂਰਤ ਗੁਰ ਸ਼ਬਦ ਸੁਣ। ਗੁਰੂ ਦੀ ਮੂਰਤ ਵੀ ਇਹੀ ਹੈ, ਗੁਰੂ ਦੀ ਹੋਂਦ ਵੀ ਇਹੀ ਹੈ, ਗੁਰੂ ਦਾ ਤਸੱਵਰ ਵੀ ਇਹੀ ਹੈ, ਗੁਰੂ ਦਾ ਚਿੱਤਰ ਵੀ ਇਹੀ ਹੈ। ਗੁਰਮੂਰਤ ਗੁਰ ਸ਼ਬਦ ਸੁਣ ਅਤੇ ਸਾਧ ਸੰਗਤ ਆਸਨ ਨਿਰੰਕਾਰੀ। ਸਾਧ ਸੰਗਤ ਹੀ ਚੀ ਵਾਹਿਗੁਰੂ ਆਸਨ ਲਾ ਕੇ ਬੈਠਾ ਹੋਇਆ ਹੈ। ਬਸ ਸਾਡਾ ਇੱਕ ਕੰਮ ਹੈ ਕਿ ਅਸੀਂ ਗੁਰੂ ਦੇ ਸ਼ਬਦ ਨੂੰ ਧਿਆਨ ਨਾਲ ਸੁਣੀਏ। ਇਹ ਤਾਂ ਫਿਰ ਇਤਿਹਾਸ ਦੀ ਬੜੀ ਪ੍ਰਸਿੱਧ ਸਾਖੀ ਹੈ, ਜਿਤਨੀ ਵਾਰੀ ਦੁਹਰਾਓ ਨਵੀਨ ਹੈ। ਭਾਈ ਮਨੀ ਸਿੰਘ ਜੀ ਨੇ ਲਿਖੀ ਹੈ, ਭਾਈ ਗੁਰਦਾਸ ਜੀ ਨੇ ਇਸ਼ਾਰਾ ਕੀਤਾ ਹੈ। ਭਾਈ ਮਰਦਾਨਾ ਜੀ ਦੀ ਉਮਰ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਲੋਂ 10 ਸਾਲ ਵੱਡੀ ਸੀ। ਇਹ ਬੜਾ ਸੋਹਣੀ ਰਬਾਬ ਵਜਾਉਂਦਾ ਸੀ ਅਤੇ ਪਿਤਾ ਤਲਵੰਡੀ ਵਿੱਚ ਸਨ, ਆਪ ਖੇਤਾਂ ਵਿੱਚ ਬੈਠੇ ਹੋਏ ਸਨ, ਲੇਟੇ ਹੋਏ ਸਨ, ਬਿਰਾਜੇ ਹੋਏ ਸਨ। ਆਵਾਜ਼ ਕੰਨਾਂ 'ਚ ਪਈ ਨੇ, ਜਦੋਂ ਆਵਾਜ਼ ਆ ਰਹੀ ਹੈ ਉਸ ਪਾਸੇ ਚੱਲ ਪਏ ਅਤੇ ਉਸ ਬੰਦੇ ਨੂੰ ਜੋ ਇਹ ਵਜਾਉਂਦਾ ਪਿਆ ਸੀ ਰਬਾਬ, ਕਹਿੰਦੇ ਨੇ ਰਬਾਬ ਭਲੀ ਵਜਾਇੰਦਾ ਹੈ ਨਾ ਕੀ ਆ। ਅਤੇ ਉਹ ਕਹਿਣ ਲੱਗਾ, ਜੀ ਨਾ ਮੇਰਾ ਦਾਣਾ ਅਤੇ ਲੋਕ ਮੈਨੂੰ ਮੇਰਾ ਸੀ ਕਹਿੰਦੇ ਨੇ। ਇਹਦਾ ਨਾਂ ਦਾਣਾ ਸੀ, ਜਿਸ ਤਰ੍ਹਾਂ ਭਾਈ ਲਹਿਣਾ ਗੁਰੂ ਅੰਗਦ ਬਣ ਗਿਆ, ਜਿਸ ਤਰ੍ਹਾਂ ਭਾਈ ਜੇਠਾ ਗੁਰੂ ਰਾਮਦਾਸ ਬਣ ਗਿਆ, ਇਸ ਦਾ ਨਾਂ ਦਾਣਾ ਸੀ। ਇਹ ਨਾਂ ਗੁਰੂ ਨਾਨਕ ਪਿਤਾ ਨੇ ਬਖਸ਼ਿਆ ਹੈ। ਆਪ ਨੇ ਉਸੇ ਵੇਲੇ ਹੀ ਆਖਿਆ, ਜੇ ਸ਼ਬਦ ਪਾ ਕੇ ਰਾਗ ਨੂੰ ਗਾਏ ਤਾਂ ਤੂੰ ਮਰਦਾਨਾ ਕਹਿਲਾਏ। ਮਰਦਾਨਾ ਉਹ ਹੈ ਜੋ ਸ਼ਬਦ ਅਤੇ ਰਾਗ ਨੂੰ ਜੋੜ ਰਿਹਾ ਹੈ। ਬਾਕੀ ਤਾਂ ਗਵੱਈਏ ਹਨ, ਸੰਗੀਤਕਾਰ ਹਨ, ਜਾਂ ਜੋ ਤੁਸੀਂ ਦੇਖਦੇ ਹੋ ਉਛਲ ਕੂਦ ਵਾਲੇ ਹਨ। ਸ਼ਬਦ ਪਾ ਕੇ ਰਾਗ ਨੂੰ ਗਾਉਣ ਵਾਲਾ ਮਰਦਾਨਾ ਹੈ, ਸੂਰਮਾ ਉਹੀ ਹੈ। ਅਤੇ ਉਸੇ ਨੂੰ ਪਿਤਾ ਨੇ ਮਰਦਾਨੇ ਦਾ ਖਿਤਾਬ ਦਿੱਤਾ, ਫਿਰ ਨਾਲ ਲਿਆ ਚੱਲਦੇ ਰਹੇ। ਅਤੇ ਇਸ ਨੂੰ ਹੀ ਜਿਸ ਵੇਲੇ ਉਹ ਰਬਾਬ ਲੈ ਕੇ ਦਿੱਤੀ ਹੈ, ਇਹ ਮੈਂ ਹਰ ਰਾਗੀ ਨੂੰ ਇਸੇ ਲਈ ਬੇਨਤੀ ਕਰਦਾ ਹਾਂ ਕਿ ਆਪ ਮਰਦਾਨਾ ਜੀ ਜਿਸ ਵੇਲੇ ਗੁਰੂ ਨਾਨਕ ਦੇ ਕਹੇ ਹੋਏ ਤੇ ਰਬਾਬ ਲੈਣ ਗਏ ਸਨ, ਫਰਿੰਦੇ ਕੋਲੋਂ ਬਣਵਾ ਕੇ ਲਿਆਏ ਸਨ, ਇਹ ਕੋਈ ਰਾਗੀ ਨਾ ਭੁੱਲੇ। ਉਸ ਵੇਲੇ ਮਰਦਾਨੇ ਨੇ ਕਿਹਾ ਸੀ, ਤੇਰੀ ਫਰਿੰਦਿਆ ਤੇਰੀ ਰਬਾਬ ਦਾ ਮੁੱਲ ਕੀ ਹੈ, ਗੁਰੂ ਨਾਨਕ ਨੇ ਮੈਨੂੰ ਰੁਪਏ ਦਿੱਤੇ ਹਨ। ਤਾਂ ਫਰਿੰਦੇ ਨੇ ਕਿਹਾ ਸੀ, ਮੁੱਲ ਦੇਂਗਾ? ਅਤੇ ਰਬਾਬੀ ਕਹਿਣ ਲੱਗਾ, ਹਾਂ ਦਿਆਂਗਾ। ਮਰਦਾਨਾ ਕਹਿਣ ਲੱਗੇ, ਦਿਆਂਗਾ। ਕਹਿਣ ਲੱਗੇ, ਬਸ ਮੁੱਲ ਇਸ ਦਾ ਇਹ ਹੈ, ਕਿਸੇ ਹੋਰ ਅੱਗੇ ਗੁਰੂ ਨਾਨਕ ਤੋਂ ਸਵਾ ਵਜਾਈ ਨਾ। ਬਸ ਇਹ ਸੀ ਰਾਗੀ ਦੀ ਮਹਿਮਾ। ਹਜ਼ੂਰੀ ਰਾਗੀ ਵੀ ਇਹੀ ਹਨ। ਜੇ ਇਹ ਦਰ ਦਰ 'ਤੇ ਗਲੀ ਗਲੀ ਗਾਉਣ ਲੱਗ ਪਏ, ਇਹਨਾਂ ਨੂੰ ਫਿਰ ਸ਼ਬਦ ਰਾਗ ਦੀ ਸੋਝੀ ਨਹੀਂ ਆ ਸਕਦੀ। ਇਸ ਕਰਕੇ ਮਰਦਾਨਾ ਸਾਥ ਨਿਭਿਆ, ਕਿਉਂਕਿ ਉਸਨੂੰ ਜਿਹੜਾ ਫਿਰ ਰਾਗ ਸ਼ਬਦ ਨੂੰ ਇਕੱਠਿਆਂ ਗਾਏਗਾ, ਨਾਲ ਟੁਰੇਗਾ, ਉਹ ਮਰਦਾਨਾ ਹੋ ਗਿਆ। ਅਤੇ ਮਰਦਾਨਾ ਕਿਤਨਾ ਕੁ ਗੁਰੂ ਦੇ ਨੇੜੇ ਹੋ ਗਿਆ, ਇਹ ਵੀ ਫਿਰ ਭਾਈ ਮਨੀ ਸਿੰਘ ਜੀ ਨੇ ਲਿਖਿਆ ਹੈ। ਇਤਨਾ ਨੇੜੇ ਹੋ ਗਿਆ ਗੁਰੂ ਨਾਨਕ ਦੇ ਕਿ ਇੱਕ ਵਾਰੀ ਗੁਰੂ ਨਾਨਕ ਸਾਹਿਬ ਨੂੰ ਆਖ ਹੀ ਬੈਠਾ, ਬਾਬਾ ਬਹੁਤਾ ਨਾ ਵੱਡਾ ਬਣਿਆ ਫਿਰੀ, ਤੇਰਾ ਮੇਰਾ ਅੰਤਰ ਨਹੀਂ। ਬਾਬਾ ਬਹੁਤਾ ਨਾ ਵੱਡਾ ਬਣਿਆ ਫਿਰੀ, ਤੇਰਾ ਮੇਰਾ ਅੰਤਰ ਨਹੀਂ, ਤੂੰ ਰੱਬ ਦਾ ਡੂਮ, ਮੈਂ ਤੇਰਾ ਡੂਮ। ਅਤੇ ਇਹ ਜੋ ਸਾਂਝ ਹੈ ਹਰ ਕੀਰਤਨ ਕਰਨ ਵਾਲੇ ਦੀ ਹੋ ਜਾਏਗੀ, ਉਹ ਵਾਹਿਗੁਰੂ ਦੇ ਨੇੜੇ ਹੋ ਕੇ ਬੈਠੇਗਾ। ਉਂਝ ਇੱਕ ਵਾਰੀ ਮਰਦਾਨੇ ਨੇ ਕਿਹਾ ਸੀ ਗੁਰੂ ਨਾਨਕ ਸਾਹਿਬ ਨੂੰ, ਮਰਦਾਨੇ ਦੀਆਂ 20 ਵਾਰਾਂ ਲਿਖੀਆਂ ਹੋਈਆਂ ਹਨ ਸਾਡੇ ਇਤਿਹਾਸ ਅੰਦਰ, ਕਿਉਂਕਿ ਉਹ ਬਾਣੀ ਨਹੀਂ ਸੀ,
ਇਸ ਕਰਕੇ ਉਹ ਸਾਡੀਆਂ ਜਨਮ ਸਾਖੀਆਂ ਅੰਦਰ ਜਾਂ ਪੁਰਾਤਨ ਕਿਤਾਬਾਂ 'ਚ ਲਿਖੀਆਂ ਨੇ, ਗੁਰੂ ਨਾਨਕ ਸਾਹਿਬ ਦੇ ਬਾਰੇ ਮਰਦਾਨੇ ਨੇ ਵਾਰਾਂ ਗਾਈਆਂ। ਇੱਕ ਦਿਨ ਵਾਰ ਗਾ ਬੈਠਾ, ਬਸ ਇਹ ਵੀ ਖਿਆਲ ਰੱਖਣਾ ਹੈ ਕਿ ਜਿਸਲੇ ਵਾਹਿਗੁਰੂ ਦਾ ਹੋ ਜਾਈਏ, ਵਾਹਿਗੁਰੂ ਵਿੱਚ ਸਮਾ ਜਾਈਏ, ਵਾਹਿਗੁਰੂ ਦਾ ਰੂਪ ਹੋ ਜਾਈਏ, ਉਸ ਵੇਲੇ ਵੀ ਕੋਈ ਹੰਕਾਰ ਦਾ ਧਾਰ ਨਾ ਪਵੇ। ਆਪ ਗੁਰੂ ਨਾਨਕ ਹੈ, ਜੋਤ ਹਰ ਰੂਪ ਹੈ। ਮਰਦਾਨੇ ਨੇ ਵਾਰ ਗਾ ਦਿੱਤੀ ਅਤੇ ਵਾਰ ਵਿੱਚ ਕਿਹਾ, ਤੁਧ ਜਿਹਾ ਜੇ ਕੋਈ ਹੋਵੇ ਤਾਂ ਹੋਵੇ, ਜੋ ਕੁਛ ਤੂੰ ਹੈ ਹੋਰ ਕੋਈ ਨਹੀਂ ਹੈ। ਅਤੇ ਗੁਰੂ ਨਾਨਕ ਸਾਹਿਬ ਨੇ ਟੋਕ ਦਿੱਤਾ, ਕਹਿਣ ਲੱਗੇ, ਮਰਦਾਨਿਆ ਇਹ ਕਦੀ ਨਾ ਆਖੀ, ਵਾਹਿਗੁਰੂ ਵਾਹਿਗੁਰੂ ਹੈ, ਅਸੀਂ ਉਸਦੇ ਨਾ ਚੀਜ਼ ਬਣੇ ਹੋਏ ਸੰਸਾਰ ਅਤੇ ਇਨਸਾਨ ਹਾਂ। ਉਸੇ ਲਈ ਉਹਨੂੰ ਟੋਕ ਕੇ ਰੱਖ ਦਿੱਤਾ ਕਿ ਐਸਾ ਨਹੀਂ ਕਹਿਣਾ, ਜਿਵੇਂ ਕਈ ਵਾਰੀ ਸਾਡੇ ਮੂੰਹ ਨਿਕਲ ਜਾਂਦਾ ਕਿਸੇ ਇਕਾਗਰ ਚਿੱਤ ਹੋਏ ਇਨਸਾਨ ਨੂੰ ਦੇਖ ਕੇ, ਇਹ ਤਾਂ ਵਾਹਿਗੁਰੂ ਸੰਸਾਰ 'ਤੇ ਆ ਗਿਆ, ਜਾਂ ਪੈਦਾ ਵੀ ਹੋ ਜਾਂਦੇ ਹਨ, ਆਖਣ ਵੀ ਲੱਗ ਪੈਂਦੇ ਹਨ, ਹਸ਼ਰ ਉਹਨਾਂ ਦਾ ਉਹੀ ਹੁੰਦਾ ਜੋ ਪਿਛਲੇ ਹਫ਼ਤੇ ਇੱਕ ਬੰਦੇ ਪੁਰੇਸ਼ ਦਾ ਹੋਇਆ, ਜਿਸਨੇ ਇਹ ਪ੍ਰਚਾਰ ਕਰ ਦਿੱਤਾ ਸਾਰੇ ਅਮਰੀਕਾ ਅੰਦਰ ਕਿ ਮੈਂ ਵਾਹਿਗੁਰੂ ਦਾ ਉਸੇ ਤਰ੍ਹਾਂ ਬੇਟਾ ਆਇਆ ਹਾਂ ਜਿਵੇਂ ਈਸਾ ਆਇਆ ਸੀ। ਅਤੇ ਕੁਛ ਲੋਕ ਉਸਨੇ ਨਾਲ ਲਾ ਲਏ, ਅਤੇ ਐਸੇ ਲੋਕ ਨਾਲ ਲਾ ਲਏ ਜਿਨ੍ਹਾਂ ਨੂੰ ਫਿਰ ਪਿਛਲੇ ਹਫ਼ਤੇ ਇਕੱਠਿਆਂ ਕਰਕੇ ਉਸਨੇ ਜ਼ਹਿਰ ਪਿਲਾਇਆ, ਆਪ ਮਰਿਆ, ਸਾਥੀ ਮਰੇ। ਬਸ ਐਸਾ ਹੀ ਹੋਵੇਗਾ ਜਿਹੜਾ ਆਪਣੇ ਆਪ ਨੂੰ ਵਾਹਿਗੁਰੂ ਜਾਂ ਵਾਹਿਗੁਰੂ ਦਾ ਬੇਟਾ ਆਖੇਗਾ। ਅਸੀਂ ਤਾਂ ਵਾਹਿਗੁਰੂ ਦੇ ਦਰ 'ਤੇ ਗੁਰਬਾਣੀ ਦੇ ਅਨੁਸਾਰ ਇੱਕ ਛੋਟੇ ਛੋਟੇ ਤਿਨਕੇ ਹਾਂ, ਉਸ ਦੀ ਨਜ਼ਰ ਪੈ ਜਾਏ ਤਾਂ ਨੂਰ ਆ ਸਕਦਾ ਹੈ। ਇਹ ਮਰਦਾਨਾ ਆਪ ਨਾਲ ਨਿਭਦਾ ਰਿਹਾ, ਆਪ ਨਾਲ ਨਿਭਾ ਗਿਆ, ਹਰ ਕੀਰਤਨੀ ਅੰਦਰ ਇਹ ਦਾਤ ਵਾਹਿਗੁਰੂ ਦੇਵੇਗਾ। ਪਰ ਆਪ ਨੂੰ ਇਹ ਵੀ ਪਤਾ ਹੈ ਸਾਡੇ ਇਤਿਹਾਸ ਅੰਦਰ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੁਰੂ ਨਾਨਕ ਪਿਤਾ ਕੋਲੋਂ ਜਿਸ ਵੇਲੇ ਗੱਦੀ ਦੀ ਜ਼ਿੰਮੇਵਾਰੀ ਸੰਭਾਲੀ ਹੈ ਤਾਂ ਉਹਨਾਂ ਫਰਮਾਇਆ, ਕੁਛ ਚੀਜ਼ ਮੰਗ। ਮਹਾਰਾਜ ਨੇ ਕਿਹਾ, ਸਭ ਕੁਛ ਆਪ ਨੇ ਬਖਸ਼ ਕਰ ਦਿੱਤਾ ਹੈ, ਇਤਨੀ ਹੁਣ ਮਿਹਰ ਕਰੋ, ਇੱਕ ਤਾਂ ਜਿਹੜੀ ਤੁਹਾਡੇ ਕੋਲ ਪੋਥੀ ਹੈ ਨਾ ਇਹ ਮੈਨੂੰ ਦੇ ਦਿਓ, ਦੂਸਰੇ ਕਮਰ ਕੱਸਾ ਜੋ ਤੁਸਾਂ ਪਾਇਆ ਹੋਇਆ ਸੇਵਾ ਦਾ ਚਿੰਨ ਇਹ ਮੈਨੂੰ ਦੇ ਦਿਓ, ਅਤੇ ਤੀਸਰੇ ਬਾਣੀ ਨੂੰ ਗਾਉਣ ਲਈ ਮੈਨੂੰ ਕੋਈ ਰਬਾਬੀ ਵੀ ਦੇ ਦਿਓ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਹਾਂ ਇੱਕ ਮੇਰੇ ਕੋਲ ਰਬਾਬੀ ਸੀ, ਮਰਦਾਨਾ ਹੁਣ ਗੁਜ਼ਰ ਗਿਆ ਹੈ, ਸੰਸਾਰ 'ਤੇ ਹੈ ਨਹੀਂ ਹੈ। ਸੁਣਿਆ ਹੈ ਪੰਜਾਬ ਅੰਦਰ ਇੱਕ ਬੜਾ ਵੱਡਾ ਰਬਾਬੀ ਹੈ, ਉਹ ਮੈਂ ਤੁਹਾਨੂੰ ਮੰਗਵਾ ਦੇਣਾ ਹਾਂ, ਉਸ ਦਾ ਨਾਂ ਹੈ ਬਲਵੰਡ। ਇਹ ਬਲਵੰਡ ਆਪ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਦਿੱਤਾ ਕਿ ਬਾਣੀ ਗਾ ਕੇ ਸੁਣਾਏ। ਅਤੇ ਕਿਤਨਾ ਇਹ ਉੱਚਾ ਸੀ ਕਿ ਇਸ ਦੀ ਬਾਣੀ ਆਖੀ ਹੋਈ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋ ਗਈ। ਪਰ ਇਹਦੀਆਂ ਵੀ ਸਟੇਜਾਂ ਹਨ ਹਰ ਇੱਕ ਦੀਆਂ, ਭਾਵੇਂ ਕੋਈ ਇਨਸਾਨ ਹੈ, ਭਾਵੇਂ ਕੋਈ ਜਗਿਆਸੂ ਹੈ। ਬਲਵੰਡ ਨੂੰ ਜਿਸ ਵੇਲੇ ਗੁਰੂ ਨਾਨਕ ਸਾਹਿਬ ਨੇ ਬਾਂਹ ਫੜਾਈ ਗੁਰੂ ਅੰਗਦ ਸਾਹਿਬ ਨੂੰ, ਅਤੇ ਨਾਲ ਇਹ ਵੀ ਸ਼ਬਦ ਕਹੇ ਸਨ, ਇਹਨਾਂ ਨੂੰ ਸੰਭਾਲਣਾ ਬੜਾ ਮੁਸ਼ਕਿਲ ਹੈ, ਰਾਗੀ ਦਰਬਾਬੀ ਨੂੰ ਸੰਭਾਲਣਾ ਬੜਾ ਮੁਸ਼ਕਿਲ ਹੈ, ਇਸ ਤਰ੍ਹਾਂ ਇਹਨੂੰ ਸੰਭਾਲੀ ਜਿਵੇਂ ਬੱਤੀ ਦੰਦਾਂ 'ਚ ਜੀਭ ਹੁੰਦੀ ਹੈ, ਪਰ ਫਿਰ ਵੀ ਨਹੀਂ ਸੰਭਾਲੇ ਜਾਂਦੇ। ਹੁਣ ਬਲਵੰਡ ਦੀਆਂ ਤੁਸੀਂ ਸਾਖੀਆਂ ਜਾਣਦੇ ਹੋ, ਇਹ ਬੋਲ ਪੈਂਦਾ ਸੀ, ਕਬੋਲ ਵੀ ਇੱਕ ਵਾਰੀ ਬੋਲ ਪਿਆ, ਬੋਲਿਆ ਛੋਟੀ ਜਿਹੀ ਗੱਲ ਦੋ, ਬਾਕੀ ਠੀਕ ਹੈ, ਕਿਉਂਕਿ ਗੁਰੂ ਅਰਜਨ ਪਿਤਾ ਤੱਕ ਰਿਹਾ ਹੈ, ਕੁਛ ਇਹਨੂੰ ਮਾਣ ਵੀ ਹੋ ਗਿਆ ਹੋਏਗਾ ਗੁਰੂ ਦੇ ਨੇੜੇ ਰਹਿਣ ਕਰਕੇ, ਸੰਗਤ ਇਕੱਠੀ ਕਰਨ ਕਰਕੇ। ਕਈਆਂ ਨੂੰ ਤਾਂ ਐਸਾ ਹੀ ਮਾਣ ਹੋ ਜਾਂਦਾ, ਸਾਡੇ ਕਰਕੇ ਸੰਗਤ ਆ ਰਹੀ ਹੈ, ਉਹਨਾਂ ਨੂੰ ਬਿਲਕੁਲ ਇਹ ਖਿਆਲ ਨਹੀਂ ਹੁੰਦਾ। ਇਹ ਤਾਂ ਸ਼ਬਦ ਦੀ ਮਤਵਾਲੀ ਹੈ, ਇਹ ਤਾਂ ਕੀਰਤਨ ਦੀ ਮਤਵਾਲੀ ਹੈ, ਤੇਰੀ ਕੋਈ ਮਤਵਾਲੀ ਨਹੀਂ ਹੈ। ਇਹ ਸ਼ੱਕ ਪੈ ਗਿਆ ਬਲਵੰਡ ਜੀ ਨੂੰ, ਬਲਵੰਡ ਜੀ ਨੂੰ ਬਾਂਹ ਫੜਾਈ ਸੀ ਗੁਰੂ ਨਾਨਕ ਸਾਹਿਬ ਨੇ ਬਲਵੰਡ ਦੀ, ਇਸ ਕਰਕੇ ਇਹਨੂੰ ਵੀ ਬੜਾ ਮਾਣ ਸੀ ਕਿ ਮੈਨੂੰ ਤਾਂ ਗੁਰੂ ਨਾਨਕ ਨੇ ਦਿੱਤਾ ਹੈ, ਅਤੇ ਆਖਿਆ ਵੀ ਕਰੇ ਮੈਂ ਨਹੀਂ ਕਿਸੇ ਹੋਰ ਅੱਗੇ ਕੀਰਤਨ ਕਰਨਾ, ਮੈਂ ਨਹੀਂ ਕਿਸੇ ਹੋਰ ਥਾਂ ਕੀਰਤਨ ਕਰਨਾ, ਮੈਨੂੰ ਨਾ ਹੋਰ ਕੋਈ ਬੁਲਾਇਆ ਕਰੇ। ਇਹ ਗੱਲਾਂ ਕਹਿਣ ਲੱਗ ਪਿਆ। ਇੱਥੋਂ ਤੱਕ ਇੱਕ ਦਿਨ ਹੋ ਗਿਆ ਕਿ ਬਾਬਾ ਬੁੱਢਾ ਜੀ ਦੇ ਮਨ ਵਿੱਚ ਆਇਆ, ਮੈਂ ਬਲਵੰਡ ਕੋਲੋਂ ਕੀਰਤਨ ਸੁਣਾ, ਅਤੇ ਕਬੂਲ ਬੋਲ ਬੈਠਾ ਬੁੱਢੇ ਜੀ ਨੂੰ। ਬੁੱਢਾ ਜੀ ਨੂੰ ਕਹਿਣ ਲੱਗਾ ਕਿ ਕੱਲ੍ਹ ਦੀਵਾਨ ਹੋਏਗਾ ਤਾਂ ਸੁਣ ਲਈ। ਬਸ ਇਹ ਸੀ ਇਸ ਦਾ ਵਿਗਾੜ ਜੋ ਸਾਡੇ ਘਰ ਨਾਲ ਆਰੰਭ ਵਿੱਚ ਪਿਆ। ਪਰ ਉਸ ਵੇਲੇ ਜਿਸਲੇ ਅਗਲੇ ਦਿਨ ਕੀਰਤਨ ਕਰਨ ਲੱਗਾ ਤਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਨੇ, ਬਲਵੰਡ ਜਿਸਲੇ ਮੈਂ ਸੁਣਨਾ ਚਾਹਿਆ ਸੀ ਤੂੰ ਸੁਣਾਇਆ ਨਹੀਂ ਹੈ,
ਹੁਣ ਮੈਂ ਤੇਰਾ ਕੀਰਤਨ ਨਹੀਂ ਸੁਣਨਾ, ਆਪੇ ਅਸੀਂ ਕਰ ਲਵਾਂਗੇ, ਆਪ ਸੰਗਤ ਕਰ ਲਵੇਗੀ। ਉਸ ਵੇਲੇ ਨੂੰ ਖਿਆਲ ਆਇਆ, ਖਿਮਾ ਮੰਗੀ, ਖਿਮਾ ਵੀ ਬਾਬਾ ਬੁੱਢਾ ਜੀ ਨੇ ਲੈ ਕੇ ਦਿੱਤੀ। ਅਤੇ ਆਪ ਨੇ ਪਹਿਲਾਂ ਖਿਮਾ ਨਹੀਂ ਕੀਤਾ, ਸਾਰੀ ਸੰਗਤ ਜਿਵੇਂ ਸੰਗਤ ਕਰਦੀ ਹੈ ਤੁਸੀਂ ਆਪ ਵੀ ਦੇਖ ਲੈਣਾ, ਕਈ ਵਾਰੀ ਐਸਾ ਹੁੰਦਾ ਸੰਗਤ ਵਿੱਚੋਂ ਚਾਰ ਪੰਜ ਬੰਦੇ ਆਪਣੀ ਗੱਲ ਕਹਿਣ ਲੱਗ ਪੈਂਦੇ ਨੇ, ਪ੍ਰਬੰਧਕ ਨੂੰ ਕੁਛ ਹੋਰ ਪਤਾ ਹੁੰਦਾ, ਉਸ ਨੂੰ ਅਸਲ ਗੱਲ ਦਾ ਪਤਾ ਹੁੰਦਾ, ਸਾਨੂੰ ਪਤਾ ਨਹੀਂ ਹੁੰਦਾ। ਇਸ ਲਈ ਸਾਰੀ ਸੰਗਤ ਵਿੱਚ ਹੀ ਆਵਾਜ਼ ਉੱਠਣ ਸ਼ੁਰੂ ਹੋ ਗਈ, ਬ੍ਰਹਮੰਡ ਨੂੰ ਕੀਰਤਨ ਕਿਉਂ ਨਹੀਂ ਕਰਨ ਦਿੱਤਾ, ਬ੍ਰਹਮੰਡ ਨੂੰ ਕੀਰਤਨ ਕਿਉਂ ਨਹੀਂ ਕਰਨ ਦਿੱਤਾ। ਗੁਰੂ ਅੰਗਦ ਦੇਵ ਮਹਾਰਾਜ, ਤੇਰਾ ਵੀ ਕੋਈ ਸਾਨੀ ਨਹੀਂ ਹੈ। ਅਤੇ ਆਖਣ ਲੱਗੇ, ਇਹਨੂੰ ਮੈਂ ਫਿਰ ਵੀ ਆਖਿਆ ਕੀਰਤਨ ਕਰ। ਜਿਸ ਵੇਲੇ ਬੁੱਢੇ ਦਾ ਇਸ ਨੇ ਨਿਰਾਦਰ ਕੀਤਾ, ਪਰ ਨਾਲ ਮੈਨੂੰ ਆਖਣ ਲੱਗਾ, ਹੁਣ ਮੈਂ ਕੀਰਤਨ ਤਾਂ ਕਰਾਂਗਾ ਜੇ ਮੈਨੂੰ ਅੱਧੀ ਗੋਲਕ ਦਿਓਗੇ, ਹੁਣ ਮੈਂ ਕੀਰਤਨ ਤਾਂ ਕਰਾਂਗਾ ਜੇ ਤੁਸੀਂ ਮੈਨੂੰ ਅੱਧੀ ਗੋਲਕ ਦਿਓਗੇ। ਅਤੇ ਗੁਰੂ ਅੰਗਦ ਸਾਹਿਬ ਕਹਿਣ ਲੱਗੇ, ਗੋਲਕ ਵੱਲ ਤਾਂ ਮੈਂ ਕਦੀ ਤੱਕਿਆ ਹੀ ਨਹੀਂ ਹੈ, ਸਾਰੀ ਜ਼ਿੰਦਗੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੋਲਕ ਦੇ ਪੈਸੇ ਨੂੰ ਸੱਚੀ ਮੁੱਚੀ ਹੱਥ ਨਹੀਂ ਲਾਇਆ, ਦੇਖਿਆ ਵੀ ਨਹੀਂ ਹੈ, ਪੁੱਛਿਆ ਵੀ ਨਹੀਂ ਹੈ ਕਿਤਨੀ ਗੋਲਕ ਆਈ ਹੈ ਜਾਂ ਕਿਤਨੀ ਹੈ। ਪਰ ਅੱਜ ਗੋਲਕ ਮੰਗੀ ਸੂ, ਅੱਧੀ ਅੱਧੀ ਗੋਲਕ ਮੰਗ ਲਈ ਸੂ ਕਿ ਗੋਲਕ ਵੰਡਾਓ, ਕੱਲ੍ਹ ਸੰਗਤ ਵੰਡ ਦੇਵੇਗਾ। ਅਤੇ ਜੇ ਸੰਗਤ ਵੰਡੀ ਗਈ ਫਿਰ ਇਸ ਦਾ ਕਦੀ ਵੀ ਮੇਲ ਹੋਣ ਨਹੀਂ ਲੱਗਾ। ਇਸ ਕਰਕੇ ਫਿਰ ਖਿਮਾ ਹੋਈ, ਮਾਫ਼ੀ ਮੰਗੀ, ਬੈਠ ਗਿਆ, ਕੀਰਤਨ ਗਾਉਂਦਾ ਰਿਹਾ, ਕਰਦਾ ਰਿਹਾ। ਪਰ ਇਸ ਦੇ ਬੇਟੇ ਦੀ, ਸੱਤੇ ਦੀ ਅਤੇ ਦੋਨਾਂ ਦੀ ਕਿਤਨੇ ਕੁ ਵੱਡੀ ਅਵਸਥਾ ਹੋ ਗਈ, ਹੁਣ ਇਹ ਵੀ ਅੰਦਾਜ਼ਾ ਲਗਾਓ। ਇਹ ਨਹੀਂ ਜਿਸ ਲਈ ਇਹ ਗੱਲਾਂ ਸੁਣਾਉਂਦੇ ਹਾਂ, ਇਹਨਾਂ ਦੀ ਅਵਸਥਾ ਵੀ ਦੱਸਿਆ ਕਰੀਏ ਕਿ ਹਰ ਰਾਗੀ ਕਰਨ ਵਾਲੇ ਦੀ ਹੌਲੀ ਹੌਲੀ ਅਵਸਥਾ ਸੱਚਮੁੱਚ ਐਸੀ ਹੋ ਜਾਂਦੀ ਹੈ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ 'ਚ ਬੈਠਣ ਵਾਲੇ ਹਰ ਸਿੱਖ ਦੀ ਹੋ ਜਾਏਗੀ। ਅਤੇ ਇਹ ਇਹਨਾਂ ਦੋਨਾਂ ਦੀ ਬੜੀ ਭਾਰੀ ਇਤਿਹਾਸ ਵਿੱਚ ਲਿਖੀ ਹੋਈ ਸਾਖੀ ਹੈ। ਸੁਣਾਉਣ ਵਿੱਚ ਅਸੀਂ ਸੰਕੋਚ ਕਰ ਜਾਂਦੇ ਹਾਂ, ਥੋੜ੍ਹਾ ਜਿਹਾ ਡਰ ਵੀ ਜਾਂਦੇ ਹਾਂ, ਘਬਰਾ ਵੀ ਜਾਂਦੇ ਹਾਂ। ਅਤੇ ਮੈਂ ਇਹ ਬੇਨਤੀ ਲਗਾਤਾਰ ਹਰ ਵੇਲੇ ਲਿਖਤ ਵਿੱਚ ਬੋਲ ਕੇ ਕਰ ਰਿਹਾ, ਗੁਰੂ ਦੀ ਉਪਮਾ ਕਰਦੇ ਹੋਏ, ਗੁਰੂ ਦੀ ਬਾਤ ਕਰਦੇ ਹੋਏ ਕਦੀ ਸੰਕੋਚ ਨਾ ਕਰਿਆ ਕਰੋ। ਜੋ ਲਿਖੀ ਹੋਈ ਬਾਤ ਹੈ, ਜਿਸ ਨੇ ਸਾਡੇ ਇਤਿਹਾਸ ਵਿੱਚ ਇਤਨਾ ਪਲਟੇ ਆਉਂਦੇ ਹਨ, ਉਹਨਾਂ ਨੂੰ ਗੱਜ ਕੇ ਸੁਣਾਇਆ ਕਰੋ, ਜ਼ੋਰ ਨਾਲ ਸੁਣਾਇਆ ਕਰੋ, ਰਲਾ ਕੇ ਨਾ ਸੁਣਾਇਆ ਕਰੋ, ਫਿਰ ਜ਼ਿਆਦਾ ਅਸਰ ਪਵੇਗਾ। ਇਹੋ ਸੱਤਾ ਅਤੇ ਬਲਵੰਡ ਗੁਰੂ ਹਰਗੋਬਿੰਦ ਜੀ ਮਹਾਰਾਜ ਵੇਲੇ ਆਪ ਹਜ਼ੂਰੀ ਰਾਗੀ ਸਨ, ਕੀਰਤਨ ਕਰਦੇ ਸਨ ਦੋਨੋਂ, ਜਿਸ ਵੇਲੇ ਗੁਰੂ ਹਰਗੋਬਿੰਦ ਪਿਤਾ ਨਾਲ ਜਾਣ ਉੱਥੇ ਵੀ ਕੀਰਤਨ ਕਰਦੇ ਸਨ। ਇੱਕ ਦਿਨ ਉਚੇਚਾ ਕਹਿਣ ਲੱਗੇ, ਗੁਰੂ ਹਰਗੋਬਿੰਦ ਮਹਾਰਾਜ ਆਏ ਹਨ ਡੇਰਾ ਸਾਹਿਬ ਲਾਹੌਰ, ਕਿ ਉਸ ਸਮਾਜ ਨੂੰ, ਉਸ ਅਸਥਾਨ ਨੂੰ ਬਣਾ ਦਿਆਂ ਜਿਸ ਥਾਂ ਤੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬੰਨ ਕੇ ਦਰਿਆ ਵਿੱਚ ਰੋੜਿਆ ਗਿਆ, ਉੱਥੇ ਇੱਕ ਡੇਰਾ ਬਣ ਜਾਏ, ਗੁਰਦੁਆਰਾ ਬਣ ਜਾਏ। ਆਪ ਗੁਰਦੁਆਰੇ ਦੀ ਉਸਾਰੀ ਲਈ ਲਾਹੌਰ ਆਏ ਗੁਰੂ ਹਰਗੋਬਿੰਦ ਪਿਤਾ। ਇਹਨਾਂ ਕਿਹਾ ਸਾਨੂੰ ਵੀ ਲੈ ਚਲੋ। ਸੱਤਾ ਅਤੇ ਬਲਵੰਡ ਦੋਨੋਂ ਆ ਗਏ। ਇੱਕ ਦਿਨ ਕੀਰਤਨ ਕਰਦੇ ਕਰਦੇ, ਆਸਾ ਦੀ ਵਾਰ ਦਾ ਕੀਰਤਨ ਕਰਦੇ ਕਰਦੇ, ਗੁਰੂ ਹਰਗੋਬਿੰਦ ਮਹਾਰਾਜ ਨੂੰ ਕੀਰਤਨ ਰੋਕ ਕੇ ਕਹਿਣ ਲੱਗੇ, ਗੁਰੂ ਹਰਗੋਬਿੰਦ ਮਹਾਰਾਜ, ਅੱਜ ਇੰਝ ਮਹਿਸੂਸ ਹੋ ਰਿਹਾ ਹੈ ਸਾਡਾ ਅੰਤਮ ਸਮਾਂ ਆ ਗਿਆ ਹੈ। ਅਤੇ ਇਹ ਵੀ ਵਿਆਹ ਮਹਿਸੂਸ ਹੁੰਦਾ, ਦੋਨੋਂ ਕਹਿਣ ਲੱਗੇ, ਜਿਵੇਂ ਆਪ ਗੁਰੂ ਨਾਨਕ ਦੇਵ ਮਹਾਰਾਜ ਸਾਨੂੰ ਲੈਣ ਲਈ ਆ ਰਹੇ ਹਨ। ਉਸ ਵੇਲੇ ਫਿਰ ਸਾਡੇ ਇਤਿਹਾਸ ਵਿੱਚ ਲਿਖਿਆ, ਮੈਂ ਤੁਹਾਨੂੰ ਇਹਨ ਬਿਨ ਤੁਕ ਸੁਣਾਉਣ ਲੱਗਾ ਤਾਂ ਕਿ ਪਤਾ ਲੱਗੇ ਇਹ ਵੀ ਇਤਿਹਾਸ ਦਾ ਇੱਕ ਕੌਤਕ ਹੈ। ਦੋਨਾਂ ਨੇ ਆਸਾ ਦੀ ਵਾਰ ਦਾ ਆਖਰੀ ਛੱਕਾ ਪੜ੍ਹਿਆ ਅਤੇ ਆਖਰੀ ਛੱਕਾ ਪੜ੍ਹਨ ਤੋਂ ਬਾਅਦ ਦੋਨਾਂ ਨੇ ਮੁੱਖ ਵਿੱਚੋਂ ਸਤਨਾਮ ਕਹਿ ਕੇ ਸਾਜ਼ਾਂ 'ਤੇ ਮਹਾਰਾਜ ਦੇ ਹਜ਼ੂਰ ਮੱਥਾ ਟੇਕਿਆ। ਦੋਨਾਂ ਦੇ ਪ੍ਰਾਣ ਇੱਕੋ ਵੇਲੇ, ਇੱਕੋ ਥਾਂ, ਇੱਕੋ ਸਮੇਂ ਉੜ ਕੇ ਸੰਸਾਰ ਤੋਂ ਚਲੇ ਗਏ। ਐਸੀ ਅਵਸਥਾ ਹੋ ਜਾਂਦੀ ਹੈ ਕੀਰਤਨੀਆਂ ਦੀ, ਕਾਲ ਉਸਦੇ ਵਸ ਵਿੱਚ ਹੁੰਦਾ ਹੈ। ਜੇ ਸਾਨੂੰ ਵਸ ਵਿੱਚ ਕਰ ਲੈਂਦਾ ਹੈ ਨਾ, ਕਾਲ ਵੀ ਇਸਦੇ ਵਸ ਵਿੱਚ ਹੈ। ਇਹ ਲਿਖਿਆ ਸਾਡੇ ਇਤਿਹਾਸ ਦੇ ਅੰਦਰ, ਗੁਰਮੂਰਤ ਮਨ ਮੈਂ ਦ੍ਰਿੜ ਕੀਨੀ, ਸਤਨਾਮ ਕਹਿ ਸਰੀਰ ਤਜ ਦੀਨੀ। ਦੋਨਾਂ ਨੇ ਇੱਕੋ ਥਾਂ ਉੱਤੇ, ਇਹ ਅਵਸਥਾ ਹਰ ਇੱਕ ਦੀ ਹੋਏਗੀ ਜੋ ਲਗਾਤਾਰ ਕੀਰਤਨ ਸੁਣ ਰਿਹਾ ਹੈ। ਇੱਛਾ ਦੇ ਅਨੁਸਾਰ ਸੰਸਾਰ ਤੋਂ ਜਾਏਗਾ, ਇੱਛਾ ਦੇ ਸੰਸਾਰ ਵਿਛੜੇਗਾ। ਇਸ ਲਈ ਕੀਰਤਨ ਦੀ ਮਹਿਮਾ ਸਾਡੇ ਘਰ ਅੰਦਰ ਕਿਸੇ ਹੋਰ ਵੀ ਕਰਮ ਦੇ ਮੁਕਾਬਲੇ 'ਤੇ ਨਹੀਂ ਹੈ। ਇਹ ਵੀ ਇਤਿਹਾਸ ਵਿੱਚ ਜਾਂ ਸਾਡੀਆਂ ਪੁਸਤਕਾਂ ਵਿੱਚ ਆਉਂਦਾ ਹੈ, ਸੁਣਾਉਂਦੇ ਵੀ ਹਨ।
ਕਿ ਕਿਤਨਾ ਜ਼ਰੂਰੀ ਹੈ ਕੀਰਤਨ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਈਏ ਕਿ ਆਪ ਗੁਰੂ ਤੇਗ ਬਹਾਦਰ ਮਹਾਰਾਜ ਨੇ ਜਿਸ ਵੇਲੇ ਧਰਮ ਦੀ ਗੱਲ ਸਮਝਾਉਣ ਲੱਗੇ ਨੇ ਅਤੇ ਫਰਮਾਇਆ ਨੇ ਕਿ ਗੁਰਦਿਆਲ ਗੁਰ ਕਿਰਪਾਲ ਦਿਆਲ ਮਿਹਰ ਇਹ ਸਾਡੇ 'ਤੇ ਕੀਤੀ ਹੈ, ਹੋਰ ਕੋਈ ਵੱਡੀ ਮਿਹਰ ਨਹੀਂ ਕੀਤੀ, ਕਿ ਇੱਕ ਸਾਡੇ 'ਤੇ ਮਿਹਰ ਕੀਤੀ ਕਿ ਸਾਨੂੰ ਰਾਸ ਦੀ ਬਾਤ ਦੱਸ ਗਏ। ਗੁਰਦਿਆਲ ਕਿਰਪਾਲ ਇਹ ਕੀ ਨਹੀਂ ਕਿ ਇੱਕ ਸਾਨੂੰ ਰਾਸ ਦੀ ਬਾਤ ਦੱਸ ਗਏ ਕਿ ਸਗਲ ਧਰਮ ਮਾਨੋ ਤੈਂ ਕੀਏ ਜੈ ਹਰ ਕੀਰਤ ਗਾਈ। ਸਾਰੇ ਧਰਮ ਵਿੱਚ ਆ ਗਏ ਜਿਸ ਵੇਲੇ ਕੀਰਤਨ ਸੁਣ ਲਿਆ, ਫਿਰ ਕਿਸੇ ਹੋਰ ਧਰਮ ਦੀ ਲੋੜ ਨਹੀਂ ਹੈ, ਕਿਉਂਕਿ ਆਪ ਗੁਰੂ ਗੋਬਿੰਦ ਸਿੰਘ ਜੀ ਪਿਤਾ ਨੇ ਫਰਮਾਇਆ ਸੀ ਕਿ ਜਤਰ ਤਤਰ ਜਿਸ ਵੀ ਸੰਸਾਰ ਦੇ ਅੰਦਰ ਤੁਸੀਂ ਦੇਖ ਲਓ, ਕਿਸੇ ਥਾਂ 'ਤੇ ਦੇਖ ਲਓ, ਹਰ ਥਾਂ 'ਤੇ ਰਾਗ ਹੋ ਰਿਹਾ ਹੈ। ਇਹੋ ਸੋਦਰ ਅੰਦਰ ਜਿਸ ਲਈ ਅਸੀਂ ਪੌੜੀ ਪੜ੍ਹਨੇ ਹਾਂ, ਗਾਵਨ ਤੁਧਨੂੰ ਪੌਣ ਪਾਣੀ ਵੈਸੰਤਰ ਗਾਵਨ ਤੁਧਨੂੰ, ਇਹ ਜੋ ਸਾਰੀ ਦੁਨੀਆ ਤੈਨੂੰ ਗਾ ਰਹੀ ਹੈ, ਅਸੀਂ ਵੀ ਜੇ ਗਾਵਾਂਗੇ ਤਾਂ ਉਸਦਾ ਦਰਵਾਜ਼ਾ ਖੁੱਲ੍ਹ ਜਾਏਗਾ। ਉਸਦੇ ਦਰਵਾਜ਼ੇ 'ਤੇ ਪੁੱਜਣ ਦਾ ਹੋਰ ਕੋਈ ਰਾਹ ਨਹੀਂ ਹੈ ਸਿਵਾਏ ਗਾਣ ਤੋਂ। ਉਂਝ ਭਾਈ ਸੁਥਰਾ ਜੀ, ਕਿਉਂਕਿ ਜ਼ਰਾ ਉਹਨਾਂ ਦਾ ਆਪਣਾ ਤਰੀਕਾ ਸੀ ਪ੍ਰਚਾਰ ਕਰਨ ਦਾ, ਸਾਨੂੰ ਸਮਝਾਉਣ ਦਾ, ਇੱਕ ਦਿਨ ਸੋਦਰ ਦੀ ਪੌੜੀ ਲਾਈ ਬੈਠਾ ਸੀ ਰਾਗੀ, ਅਤੇ ਉਹ ਜਿਸ ਵੇਲੇ ਪੜ੍ਹੇ ਨਾ ਗਾਵਨ ਤੁਧਨੂੰ ਪੌਣ ਪਾਣੀ ਬਸੰਤਰ ਗਾਵਨ ਤੁਧਨੂੰ, ਤਾਂ ਉਸ ਵੇਲੇ ਨਾਲ ਨਾਲ ਕਹੀ ਜਾਏ ਤੈਨੂੰ ਕੀ ਤੈਨੂੰ ਕੀ ਤੈਨੂੰ ਕੀ, ਉਹ ਪੜ੍ਹੀ ਜਾਏ ਕਿ ਗਾਵਨ ਤੁਧਨੂੰ ਪੌਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ, ਇਹ ਕਵੇ ਤੈਨੂੰ ਕੀ ਤੈਨੂੰ ਕੀ ਤੈਨੂੰ ਕੀ, ਤਾਂ ਆਖਰ ਜਿਸ ਵੇਲੇ ਕਿਹਾ ਤਾਂ ਕੁਦਰਤੀ ਸੀ ਸ਼ਿਕਾਇਤ ਹੋ ਜਾਣੀ ਸੀ ਕਿ ਮੈਂ ਕੀਰਤਨ ਪਿਆ ਕਰਦਾ ਸਾਂ, ਸੋਦਰ ਦੀ ਪੌੜੀ ਪਿਆ ਪੜ੍ਹਦਾ ਸਾਂ, ਇਹ ਨਾਲ ਕਹਿੰਦਾ ਸੀ ਤੂੰ ਤੈਨੂੰ ਕੀ ਤੈਨੂੰ ਕੀ ਤੈਨੂੰ ਕੀ। ਮਹਾਰਾਜ ਕਹਿਣ ਲੱਗੇ, ਕਲਗੀ ਵਾਲਾ ਕਹਿਣ ਲੱਗੇ, ਸੁਥਰਿਆ ਇਹ ਤੂੰ ਕੀ ਸ਼ੁਰੂ ਕਰਤਾ, ਇਹ ਤਾਂ ਪੌੜੀ ਸੋਦਰ ਦੀ ਪੜ੍ਹਦਾ ਪਿਆ ਸੀ। ਕਹਿਣ ਲੱਗਾ ਮਹਾਰਾਜ ਇਹ ਉਹੀ ਕਹੀ ਜਾ ਰਿਹਾ, ਗਾਵਨ ਤੁਧਨੂੰ ਪੌਣ ਪਾਣੀ ਬਸੰਤਰ ਗਾਵਨ ਤੁਧਨੂੰ, ਇਹਨੂੰ ਮੈਂ ਪਿਆ ਪੁੱਛਣਾ ਕਦੀ ਤੂੰ ਹੀ ਗਾਇਆ ਹੈ, ਤੈਂ ਤੁਵੇਂ ਕਦੀ ਗਾ ਕੇ ਉਸ ਵਾਹਿਗੁਰੂ ਨੂੰ ਸੁਣਾਇਆ? ਉਹ ਤਾਂ ਸਾਰੇ ਗਾ ਰਹੇ ਹਨ, ਭਾਵੇਂ ਪੌਣ ਹੈ, ਪਾਣੀ ਹੈ, ਧਰਤੀ ਹੈ, ਆਕਾਸ਼ ਹੈ, ਤੁਵੇਂ ਕਦੀ ਵਾਹਿਗੁਰੂ ਨੂੰ ਗਾ ਕੇ ਸੁਣਾਇਆ? ਇਸ ਲਈ ਸਾਨੂੰ ਹੁਕਮ ਹੋ ਗਿਆ ਜਿਸ ਵੇਲੇ ਵੀ ਕੋਈ ਵਾਹਿਗੁਰੂ ਨੂੰ ਸੰਬੋਧਨ ਕਰਕੇ ਗਾਏਗਾ, ਅਤੇ ਗੁਰੂ ਅਰਜਨ ਪਿਤਾ ਦਾ ਫੁਰਮਾਨ ਹੈ ਪ੍ਰਭੂ ਅਨੁਰਾਗ ਵਿਸ਼ੇ ਵੈਰਾਗ, ਉਸੇ ਵੇਲੇ ਵਾਹਿਗੁਰੂ ਨਾਲ ਪਿਆਰ ਪੈ ਜਾਏਗਾ, ਅਤੇ ਜੋ ਵਿਸ਼ੇ ਵਿਕਾਰ ਹਨ ਆਸਤਾ ਆਸਤਾ ਛੱਡਣੇ ਸ਼ੁਰੂ ਹੋ ਜਾਣਗੇ। ਇਸ ਕਰਕੇ ਗੁਰੂ ਅਰਜਨ ਮਹਾਰਾਜ ਨੇ ਇੱਕ ਵਾਰੀ ਚਾਰ ਸਿੱਖਾਂ ਦੇ ਸਵਾਲ ਦੇ ਜਵਾਬ ਵਿੱਚ ਆਖਿਆ ਸੀ ਕਿ ਮਹਾਰਾਜ ਸਾਨੂੰ ਇਤਨੀ ਕਿਰਪਾ ਜ਼ਰੂਰ ਕਰ ਜਾਓ, ਭਾਈ ਕਿਦਾਰਾ ਭਾਈ ਚਾੜੂ ਜਿਹੜੇ ਪ੍ਰਸਿੱਧ ਆਪਣੇ ਵਕਤ ਦੇ ਰਾਗੀ ਸਨ, ਉਹਨਾਂ ਨੇ ਬੇਨਤੀ ਕੀਤੀ ਸੀ ਇਹ ਸਾਨੂੰ ਜ਼ਰੂਰ ਸਮਝਾ ਦਿਓ ਕਿ ਪਾਠ ਕੀਰਤਨ ਅਤੇ ਕਥਾ ਦਾ ਕੀ ਫਰਕ ਹੈ, ਤਾਂ ਕਿ ਅਸੀਂ ਇਹਨਾਂ ਦੀ ਮਹਿਮਾ 'ਤੇ ਜਾਣ ਸਕੀਏ ਨਾ। ਉਸ ਵੇਲੇ ਗੁਰੂ ਅਰਜਨ ਪਿਤਾ ਨੇ ਸਮਝਾਇਆ ਸੀ, ਜੋ ਉਹਨਾਂ ਨੂੰ ਸਮਝਾਇਆ ਉਹੀ ਅੱਜ ਸਾਡੇ ਲਈ ਹੈ। ਕਹਿਣ ਲੱਗੇ ਜੋ ਪਾਠ ਕਰ ਰਿਹਾ ਹੈ ਨਾ, ਉਹ ਇੰਝ ਜਾਣੋ ਜਿਵੇਂ ਆਪਣਾ ਹੀ ਖੂਹ ਗੇੜ ਕੇ ਆਪਣੀ ਹੀ ਪੈਲੀ ਨੂੰ ਸਰਸਬਜ਼ ਕਰ ਰਿਹਾ ਹੈ। ਪਾਠ ਦੀ ਬਸ ਇਤਨੀ ਹੀ ਸ਼ਕਤੀ ਹੈ, ਆਪਣੀ ਪੈਲੀ, ਆਪਣਾ ਖੂਹ, ਆਪਣੀ ਖੇਤੀ, ਇਸ ਤੋਂ ਵੱਧ ਕੁਛ ਨਹੀਂ ਹੈ। ਅਤੇ ਜਿਹੜਾ ਕੀਰਤਨ ਹੈ ਨਾ, ਇਹ ਗਰਜ ਕੇ ਮੇਘ ਵਸਦਾ ਹੈ, ਬੱਦਲ ਵਸਦਾ ਹੈ, ਉਸ ਵੇਲੇ ਭਾਵੇਂ ਕੋਈ ਉੱਚਾ ਟਿੱਬਾ ਹੈ ਅਤੇ ਭਾਵੇਂ ਕੋਈ ਕਿਸੇ ਦੀ ਖੇਤੀ ਪੈਲੀ ਹੈ, ਸਾਰਿਆਂ 'ਤੇ ਇਕਸਾਰ ਪੈਂਦਾ ਹੈ। ਅਤੇ ਜਿਸ ਵੇਲੇ ਕੀਰਤਨ ਦੀ ਬਾਰਿਸ਼ ਹੋ ਜਾਏ, ਫਿਰ ਕਥਾਕਰ ਆ ਕੇ ਨਿੰਮੀ ਨਿੰਮੀ ਬਾਤ ਕਹਿ ਕੇ ਵਿੱਚ ਬੀਜ ਬੋ ਦਿੰਦਾ ਹੈ। ਇਹ ਤਾਂ ਹੈ ਸਾਡੀ ਮਰਿਆਦਾ ਅੰਦਰ ਲਿਖਿਆ ਹੋਇਆ ਕਿ ਪਾਠ ਆਪਣੇ ਲਈ ਹੈ, ਅਤੇ ਇਸੇ ਕਰਕੇ ਸਾਨੂੰ ਆਪ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਮਝਾ ਦਿੱਤਾ ਸੀ ਦੋ ਸਿੱਖਾਂ ਵਿੱਚ ਜਿਸ ਵੇਲੇ ਵਾਦ ਚੱਲ ਪਿਆ। ਇੱਕ ਸੈਕਿੰਡ ਸਾਡੇ ਘਰਾਂ 'ਚ ਹੀ ਵਾਦ ਹੋ ਜਾਂਦਾ, ਨਿਤਨੇਮ ਕਰਨਾ ਚਾਹੀਦਾ ਕਿ ਨਹੀਂ? ਗੁਰਦੁਆਰੇ ਆ ਕੇ ਆਮ ਤੌਰ 'ਤੇ ਜੱਥੇ ਹੀ ਬਣ ਗਏ ਨੇ, ਨਿਤਨੇਮ ਜੱਥਾ ਜਾਂ ਸੁਖਮਨੀ ਦਾ ਜੱਥਾ ਬਣ ਗਿਆ ਹੈ ਜਾਂ ਹੋਰ ਕੋਈ ਜੱਥੇ ਬਣ ਗਏ ਨੇ, ਥਾਂ ਥਾਂ 'ਤੇ ਹੋ ਗਿਆ। ਇਸ ਲਈ ਦੋ ਸਿੱਖਾਂ ਅੰਦਰ ਇਹ ਚਰਚਾ ਚੱਲ ਪਈ। ਇੱਕ ਸਿੱਖ ਨੇ ਕੀਰਤਨ ਨੂੰ, ਕਿਉਂਕਿ ਉਹਨੂੰ ਗੁਰੂ ਦਾ ਹੁਕਮ ਸੀ ਕਿ ਸੰਗਤ 'ਤੇ ਮੇਘ ਗੱਜ ਕੇ ਵਸਣਾ ਹੈ, ਹਰ ਇੱਕ 'ਤੇ ਪੈਣ ਹੈ, ਉਹ ਸੁਖਮਨੀ ਸਾਹਿਬ ਦਾ ਪਾਠ ਪਿਆ ਕਰੇ। ਸੰਗਤ 'ਚ ਤ੍ਰੇਈ ਅਸ਼ਟਪਦੀਆਂ ਪੜ੍ਹ ਚੁੱਕਾ ਜਿਸ ਵੇਲੇ, ਅਤੇ ਆਪ ਕੀਰਤਨ ਦਾ ਸਮਾਂ ਹੋ ਗਿਆ,
कीर्तन शुरू हो गया, उसने पाठ ही नहीं किया, थोड़ी देर रुक जा, 24 अष्टपदी रह गई है अते कीर्तन शुरू कर दी। उसने नहीं सुनिया, उन्हें कहा नहीं, आसा दी वार दा समय अते हुण इह मेघ गजना है, सारिया ते बारिश पैनी है। कीर्तन की समाप्ति हुई, सिख ने जाके शिकायत कर दी कि महाराज सिख ने अज तां गुरु की बड़ी बेदबी की है, इसनों सजा दियो, तनखा लाओ। तो महाराज कहन लगे सजा तो तैनू होनी चाहिए, तू ये गल शुरू क्यों की, तू गुरुद्वारे विच जाके सुखमनी साहब का पाठ आरंभ कर दिता, जो कीर्तन का समा है उस दे उत्ते तू अपने आप इंज समझ लै जिवें कोई छापा मारिया है। कीर्तन दे समय कोई किसी नू हक नहीं है कि इसनू होर किसी थां ते लावे, ये समा नियत है। इस करके कीर्तन की महिमा साढ़े घर के अंदर आप गुरु पातशाह सानू समझा के चले गए, ताकि कभी कोई किसी वेले भी रागी ते कीर्तनीए नू इस गल तो ना टोक देवे कि तेरा समा नहीं है। ये फिर साढ़े प्रबंधकों का काम है कि जो समय नियत हैं उसके मुताबक असी समझा सकीए। यही सी फिर दात जो सानू गुरु ग्रंथ साहिब विच मिली कि राग दे अंदर साहिब गुरु ग्रंथ साहिब नू लिखिया गया, ताकि असी भी उस तरह ही उड़ान भरदे भरदे उस थान ते पुज जाइए जिथों ये शब्द आया है। ये पुरानियां पुस्तकों च लिखे है, गुरु गोबिंद सिंह जी का भी फुरमान है कि जेड़ा शब्द है ये अल्लाह की आवाज़ है, जेड़ा राग है ये साड़ी हेक है। बस इन्नी गल जी समझ आ जाएगी फिर कभी गुरु ग्रंथ साहिब तो मूँह नहीं मोड़ांगे। शब्द वाहेगुरु की आवाज़ है, ये जेड़ा कीर्तन है ये हेक है, अते जेड़ी रूह है ये सुनदी है, ते जवाब है समाधि लग जानी है। बस ये है साड़ी महिमा। इस करके असी गुरु ग्रंथ साहिब नू जिस वेले मत्था टेकने आ शब्द सुनने आ तो वो गल जेड़ी असी आप कई बारी हिरदे दुराई है अते दुरांदे रहना चाहिए है, ताकि पता लग जाए गुरु ग्रंथ क्यों सिरमोर है। महाकोश ने भाई कान सिंह जी ने ये शब्द गुरु ग्रंथ साहब की एंट्री च लिखिया है कि सारे धर्म ग्रंथां दा सिरमोर है श्री गुरु ग्रंथ साहिब। अते साढ़े ते भी सवाल हुंदा है, तुहाडे ते भी सवाल हुंदा है, इतना क्यों आदर करदे हो गुरु ग्रंथ साहिब दा, असां नहीं देखिया बाइबल दा, असां नहीं देखिया रामायण दा, असां नहीं देखिया कुरान मजीद दा किसी का, या त्रिपटका का, या किसी होर पुस्तक का, इतना क्यों तुसी करदे हो। अते जिथे भी जाओगे सारे संसार अंदर, शायद हिंदुस्तान ते कट सवाल होवे, बाहर बड़ा सवाल हुंदा है। तो होर तो मैं कोई सुझिया ना जवाब, जे मैं लम्मा जवाब देन लगा तो उसकी निशा ही नहीं हो सकती, फिर तो बखेड़ा पै जाता है, खलेरा पै जाता है। मैं उसनों सिर्फ दो अखरों में जवाब दिता, इतना आदर इसलिए गुरु ग्रंथ साहिब का करते हाँ, तुहाड़े ग्रंथां दा तां आदर नहीं है, तुहाड़ी नज़र दे अंदर ही पूज जरूर हन, इस करके असी करदे हां। गुरु ग्रंथ साहिब वाहिगुरु नाल गल्लां करदा है, अते दुनिया दियां होर पुस्तकां वाहिगुरु दियां गल्लां करदियां हन। बस ए अंतर है, जेड़ा भी गुरु ग्रंथ साहिब नूं ध्यान नाल जिस वेले पढ़ना शुरू करेगा, या अज दी बोली च कहां तुहाडे मुख विच्चों इक ओंकार निकलिया नहीं, ते साडी हॉटलाइन वाहिगुरु नाल जुड़ी नहीं है। इस तो आसान तरीका की है, गुरु ग्रंथ साहिब वाहिगुरु नाल गल्लां करदा है, बाकी दुनिया दियां सारियां पुस्तकां वाहिगुरु दियां गल्लां करदियां हैं। तुसीं तां फर्क जानदे हो ना, किसे नाल गल्लां करनियां ते किसे दियां गल्लां करने च कितना फर्क है, कितना अंतर है। अते यही है राग शब्द कीर्तन, जिस वेले कोई सुनेगा पढ़ेगा उस दी हॉटलाइन वाहिगुरु नाल शुरू हो। ये तेरी मर्जी है, जितनी देर मर्जी गल्लां कर, ताकि जे तेरे स्वासा अंदर नाम है ते तेरी हर वेले गल करनी होंदी रहेगी, जे नहीं है तो चलो संगति तो थोड़ी देर हो जाएगी, इत्थे आके तो हो जाएगी। इसलिए सानू गुरु ग्रंथ साहिब दे विच राग दिते गए, अते पहला राग पाया ने श्री राग, अते गुरु अर्जन पिता जी ने आखिरी राग पाया प्रभाती। गुरु गोबिंद सिंह जी महाराज ने जिसले ये रूप गुरु ग्रंथ साहिब नू दिता जो अज प्रकाश है,
ਉਸ ਵੇਲੇ ਉਹਨਾਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਾਰ ਸ਼ਬਦ ਜੈ ਜਵੰਤੀ 'ਚ ਪਾ ਦਿੱਤੇ। ਬਸ ਇਹੀ ਹੈ ਆਤਮਾ ਨੂੰ ਵਾਹਿਗੁਰੂ ਤੱਕ ਪਹੁੰਚਾਉਣ ਲਈ ਇਹ ਸਹਾਰਾ ਸਾਨੂੰ ਦਿੱਤਾ ਕਿ ਸ੍ਰੀ ਤੋਂ ਸ਼ੁਰੂ ਕਰੋ ਪ੍ਰਭਾਤ ਚੜ੍ਹ ਜਾਏਗੀ। ਸ੍ਰੀ ਦੇ ਅਰਥ ਹਨ ਸ਼ਾਮ, ਇਹ ਸ਼ਾਮ ਦਾ ਰਾਗ ਹੈ ਅਤੇ ਸ਼ਾਮ ਤੋਂ ਬਾਅਦ ਰਾਤ ਹੈ, ਬੜੀ ਲੰਮੀ ਰਾਤ ਹੈ ਜਿਹੜੀ ਮੈਨੂੰ ਪਤਾ ਨਹੀਂ ਮੇਰੇ ਨਾਲ ਕੀ ਬੀਤੇਗੀ, ਅਤੇ ਉਸ ਰਾਤ ਦੇ ਅੰਦਰ ਦੀਵੇ ਦੀ ਲੋੜ ਹੈ, ਅਤੇ ਇਸ ਕਰਕੇ ਸ੍ਰੀ ਰਾਗ ਦਾ ਆਖਰੀ ਸ਼ਬਦ ਇਹ ਹੈ ਬਿਨ ਤੇਲ ਦੀਵਾ ਕਿਉਂ ਜਲੈ। ਇਹ ਰੋਸ਼ਨੀ ਜੋ ਕਰਨੀ ਹੈ, ਇਹ ਸ੍ਰੀ ਰਾਗ ਵਿੱਚ ਸਾਨੂੰ ਸਮਝਾਇਆ ਗਿਆ ਕਿ ਜਿਸ ਵੇਲੇ ਸ਼ਾਮ ਪੈ ਗਈ ਹੈ, ਇਹ ਸ਼ਾਮ ਦਾ ਰਾਗ ਹੈ, ਅਗਾਂਹ ਬੜੀ ਲੰਮੀ ਰਾਤ ਹੈ, ਪ੍ਰਭਾਤ ਬੜੀ ਦੇਰ ਬਾਅਦ ਆਉਣੀ ਹੈ, ਇਸ ਕਰਕੇ ਉਸ ਲੰਮੀ ਰਾਤ ਦੇ ਅੰਦਰ ਮੈਨੂੰ ਠੇਡਾ ਨਾ ਲੱਗੇ, ਕੋਈ ਡੰਗ ਨਾ ਮਾਰੇ, ਡਿੱਗ ਨਾ ਪਵਾਂ, ਕੂਕ ਸੌ ਨਾ ਜਾਵਾਂ। ਇਸ ਕਰਕੇ ਮਹਾਰਾਜ ਨੇ ਸ੍ਰੀ ਤੋਂ ਲੈ ਕੇ ਪ੍ਰਭਾਤੀ ਰਾਗ ਦੇ ਅੰਦਰ ਮੇਰੀ ਆਤਮਾ ਦਾ ਸਫ਼ਰ ਦੱਸਿਆ ਹੈ ਕਿ ਕਿਸ ਤਰ੍ਹਾਂ ਮੈਂ ਪ੍ਰਭਾਤ ਕਰਨੀ ਹੈ। ਅਤੇ ਸ੍ਰੀ ਦੀ ਇੱਕ ਹੋਰ ਵਿਆਖਿਆ ਆਮ ਤੌਰ 'ਤੇ ਕਰਦੇ ਨੇ, ਇਹ ਰਾਗ ਅਤ ਗਰਮੀ 'ਚ ਗਾਇਆ ਜਾਂਦਾ, ਅਤ ਸਰਦੀ 'ਚ ਗਾਇਆ ਜਾਂਦਾ, ਅਤੇ ਇਹ ਹੀ ਦੁਨੀਆਂ ਵਿੱਚ ਦੋ ਬਿਮਾਰੀਆਂ ਹਨ, ਜਾਂ ਦੁਨੀਆਂ ਨੂੰ ਵਾਯੂ ਹੈ, ਜਾਂ ਦੁਨੀਆਂ ਨੂੰ ਪਿੱਤ ਹੈ, ਜਾਂ ਦੁਨੀਆਂ ਗਰਮ ਹੈ, ਜਾਂ ਦੁਨੀਆਂ ਠੰਡੀ ਹੈ, ਜਾਂ ਦੁਨੀਆਂ ਕਹਿੰਦੀ ਹੈ ਸਾਨੂੰ ਕੀ, ਜਾਂ ਦੁਨੀਆਂ ਗਲ ਗਲ 'ਤੇ ਗੱਲ ਪੈ ਜਾਂਦੀ ਹੈ। ਇਹ ਹੈ ਸ੍ਰੀ ਰਾਗ ਸਾਰਾ। ਕਹਿੰਦੇ ਨੇ ਸਾਰੀ ਦੁਨੀਆਂ 'ਚ ਹੀ ਐਸਾ ਹੋ ਰਿਹਾ, ਜਾਂ ਤਾਂ ਕਹਿੰਦੇ ਨੇ ਸਾਨੂੰ ਕੀ, ਜੋ ਮਰਜ਼ੀ ਪਿਆ ਹੋਵੇ, ਅਤੇ ਜਾਂ ਜਿੱਥੇ ਵੀ ਜਾਓ ਤੁਸ ਮਾਰਨਗੇ। ਇਸ ਕਰਕੇ ਮਹਾਰਾਜ ਨੇ ਪਹਿਲੇ ਹੀ ਸ਼ਬਦ 'ਚ ਕਹਿ ਦਿੱਤਾ ਬਿਮਾਰੀਆਂ ਨੇ ਦੋ, ਅਤੇ ਇਸ ਦਾ ਅਸਰ ਇਸ ਬਿਮਾਰੀ ਪੈਂਦੀ ਏ ਤਰਹਿ ਜਗ੍ਹਾ ਤੋਂ। ਅਗਰ ਇਹ ਤਿੰਨ ਜਗ੍ਹਾ ਨਾ ਜਾਵੇ ਤਾਂ ਦੋ ਬਿਮਾਰੀਆਂ ਨਾ ਆਉਣ। ਇਹ ਪਹਿਲਾ ਸ਼ਬਦ ਹੈ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ। ਬਿਮਾਰੀ ਪਵੇਗੀ ਦਮ ਨਾਲ, ਕੰਮ ਨਾਲ, ਚਾਮ ਨਾਲ, ਇਹ ਤਿੰਨ ਚੀਜ਼ਾਂ ਦੇ ਜਿਹਦੇ ਬਹੁਤੀ ਨੇੜੇ ਹੋ ਜਾਵਾਂਗੇ ਇਹ ਫਿਰ ਬਿਮਾਰੀਆਂ ਸ਼ੁਰੂ ਹੋ ਜਾਣਗੀਆਂ। ਦਾਮ, ਕਾਮ, ਚਾਮ, ਜਾਂ ਸਾਰੀ ਦੁਨੀਆ ਚਾਮ ਵੱਲ ਦੇਖ ਰਹੀ ਹੈ, ਜਾਂ ਸਾਰੀ ਦੁਨੀਆ ਦਾਮ ਵੱਲ ਦੇਖ ਰਹੀ ਹੈ, ਜਾਂ ਸਾਰੀ ਦੁਨੀਆ ਤਾਮ ਦੇ ਪਿੱਛੇ ਨੱਸ ਰਹੀ ਹੈ। ਇਹ ਬਚੇਗਾ ਉਹੀ ਜਿਸ ਨੇ ਨਾਮ ਨੂੰ ਪੈਦਾ ਕੀਤਾ ਹੈ, ਜਿਸ ਦੇ ਮੁੱਖੋਂ ਇੱਕ ਵਾਰੀ ਇਹ ਨਿਕਲ ਗਿਆ ਨਾ ਕਿ ਤੈਨੂੰ ਦੇਖਦੇ ਦੇਖਦੇ ਵਾਹਿਗੁਰੂ ਤੂੰ ਨਾ ਵਿਸਰੇ, ਮਤ ਦੇਖ ਪੂਲਾ ਵਿਸਰੈ। ਇਹ ਫਿਰ ਜਿਸ ਵੇਲੇ ਇਹਦੇ 'ਚੋਂ ਗੁਜ਼ਰੇਗਾ ਸਾਰੇ ਰਾਗਾਂ ਅੰਦਰੋਂ, ਇੱਕ ਇੱਕ ਰਾਗ ਦਾ ਉਸਨੂੰ ਆਪਣੇ ਆਪ ਪਤਾ ਲੱਗੇਗਾ ਕਿ ਮੇਰੇ 'ਤੇ ਪ੍ਰਭਾਵ ਕੀ ਪੈ ਰਿਹਾ, ਅਖੀਰ 'ਤੇ ਪ੍ਰਭਾਤ ਚੜ੍ਹੇਗੀ। ਪ੍ਰਭਾਤ ਦੇ ਪ੍ਰਭਾਤੀ ਰਾਗ ਦੇ ਸਾਰੇ ਸ਼ਬਦ ਦੱਸ ਰਹੇ ਨੇ, ਹੁਣ ਚਾਨਣਾ ਕਿਤਨਾ ਹੋ ਗਿਆ, ਇੱਕੋ ਹੀ ਸ਼ਬਦ ਦੇਖ ਲਓ ਕਿਤਨਾ ਚਾਨਣਾ ਹੋ ਗਿਆ। ਅਵਲ ਅਲੈ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਪਹਿਲਾਂ ਨਹੀਂ ਇਹ ਕਵੇਗਾ, ਪਹਿਲਾਂ ਤਾਂ ਆਪਣੇ ਆਪ ਨੂੰ ਗਿਣੇਗਾ, ਆਪਣੇ 'ਤੇ ਜ਼ੋਰ ਦੇਵੇਗਾ। ਹੁਣ ਪ੍ਰਭਾਤ ਚੜ੍ਹ ਗਈ ਅਤੇ ਕਹਿੰਦਾ ਅਵਲ ਅਲੈ ਨੂਰ ਉਪਾਇਆ, ਇਤਨੀ ਰੋਸ਼ਨੀ ਹੋ ਗਈ ਹੈ ਮੈਨੂੰ ਤਾਂ ਵਾਹਿਗੁਰੂ ਸਾਰੇ ਤੇਰੇ ਹੀ ਦਿਸ ਰਹੇ ਹਨ, ਉਹਨੂੰ ਫਿਰ ਕੋਈ ਊਚ ਨੀਚ ਨਹੀਂ ਦਿਸੇਗੀ। ਇਸ ਕਰਕੇ ਗੁਰੂ ਨਾਨਕ ਪਿਤਾ ਨੇ ਪ੍ਰਭਾਤੀ ਰਾਗ ਦੀ ਆਖਰੀ ਅਸ਼ਟਪਦੀ ਦੇ ਆਖਰੀ ਸ਼ਬਦ ਅੰਦਰ ਜੋ ਤਤ ਕੱਢਿਆ ਉਹ ਮੈਂ ਆਪ ਨਾਲ ਸਾਂਝ ਕਰਕੇ, ਤਾਂ ਕਿ ਇਹ ਸਫ਼ਰ ਜੋ ਕੀਰਤਨ ਰਾਹੀਂ ਅਸੀਂ ਆਰੰਭ ਕੀਤੇ ਹਨ ਸਾਡੇ ਉੱਥੇ ਜਾ ਕੇ ਮੰਜ਼ਿਲ ਮਿਲ ਜਾਏ, ਫਿਰ ਸਾਡਾ ਪੈਰ ਕਦੀ ਡਗਮਗਾਏ ਨਾ। ਆਖਰੀ ਸ਼ਬਦ ਪਿਤਾ ਗੁਰੂ ਨਾਨਕ ਜੀ ਨੇ ਇਹ ਲਿਖਿਆ, ਐਸੇ ਜਨ ਵਿਰਲੇ ਜਗ ਅੰਦਰ ਪਰ ਖਜ਼ਾਨੇ ਪਾਇਆ। ਕੋਈ ਵਿਰਲਾ ਹੋਏਗਾ ਸੰਸਾਰ ਉੱਤੇ ਜਿਸ ਨੂੰ ਪਰਖ ਕੇ, ਠਣਕਾ ਕੇ ਵਾਹਿਗੁਰੂ ਆਪਣੇ ਖਜ਼ਾਨੇ 'ਚ ਪਾ ਲਵੇਗਾ, ਪਾਏਗਾ ਉਸ ਨੂੰ ਖਜ਼ਾਨੇ ਅੰਦਰ ਜਿਸ ਨੇ ਜਾਤ ਵਰਨ ਅਤੇ ਭੇ ਅਤੀਤਾ, ਜਿਸ ਨੇ ਸਾਰੀ ਜ਼ਿੰਦਗੀ ਰੰਗ ਭੇਦ ਮੰਨਿਆ ਨਹੀਂ ਹੈ, ਜਿਸ ਨੇ ਆਪਣੀ ਜਾਤ ਅਤੇ ਕੁਲ ਦਾ ਹੰਕਾਰ ਨਹੀਂ ਕੀਤਾ, ਜਾਤ ਵਰਨ ਅਤੇ ਭੇ ਅਤੀਤਾ, ਜਿਸ ਨੇ ਦੋਨੋਂ ਛੱਡ ਦਿੱਤੀਆਂ ਨੇ, ਮਮਤਾ ਲੋਭ ਚੁਕਾਇਆ, ਜਿਸ ਨੇ ਪਕੜ ਨਹੀਂ ਰੱਖੀ ਅਤੇ ਹਵਸ ਨਹੀਂ ਰੱਖੀ, ਜਿਸ ਨੇ ਦੋ ਚੀਜ਼ਾਂ ਨਹੀਂ ਰੱਖੀਆਂ, ਕਈ ਪਕੜ ਨਹੀਂ ਹੁੰਦੀ ਇੱਛਾ ਕਰਦੇ ਰਹਿੰਦੇ ਹਨ, ਜਿਸ ਨੇ ਦੋ ਚੀਜ਼ਾਂ ਨਹੀਂ ਰੱਖੀਆਂ ਉਹ ਫਿਰ ਪਰਖ ਕੇ ਖਜ਼ਾਨੇ 'ਚ ਪਾਇਆ ਜਾਏਗਾ। ਮੈਨੂੰ ਯਾਦ ਹੈ ਗੁਰੂ ਅਮਰਦਾਸ ਮਹਾਰਾਜ ਦਾ ਇੱਕ ਦੋਸਤ ਦਰਵੇਸ਼ ਸੀ ਜਿਸ ਦਾ ਨਾਂ ਹੈ ਬਿਲਾਵਲ, ਬੜਾ ਵੱਡਾ ਫਕੀਰ ਹੈ ਲਾਹੌਰ ਦਾ, ਅਤੇ ਉਸ ਨੇ ਜਿਸ ਵੇਲੇ ਆਪ ਦੀ ਮਿਲਣੀ ਹੋਈ ਪਹਿਲਾਂ ਗੁਰੂ ਬਣਨ ਤੋਂ ਪਹਿਲਾਂ, ਅਤੇ ਆਪ ਉਸਨੇ ਇੱਕ ਟੁਕੜੇ 'ਤੇ, ਕਾਗਜ਼ ਦੇ ਟੁਕੜੇ 'ਤੇ
ਦੋ ਅੱਖਰ ਲਿਖ ਕੇ, ਦੋ ਸ਼ਬਦ ਲਿਖ ਕੇ ਗੁਰੂ ਅਮਰਦਾਸ ਮਹਾਰਾਜ ਨਾਲ ਸਾਂਝ ਕਰਦਿਆਂ ਕਰਦਿਆਂ ਦਿੱਤੇ। ਆਖਣ ਲਗਾ, ਅੱਲਾ ਬਸ ਬਾਕੀ ਹਵਸ, ਬਸ ਇੱਕੋ ਹੀ ਚੀਜ਼ ਹੈ ਸੰਸਾਰ ਉੱਤੇ, ਹੋਰ ਕੁਛ ਨਹੀਂ, ਅੱਲਾ, ਬਾਕੀ ਸਭ ਹਵਸ ਹੈ। ਇਹ ਗੱਲ ਜਿਸਨੇ ਜਾਣ ਲਈ ਹੈ ਕਿ ਮਮਤਾ ਲੋਭ ਚੁਕਾਇਆ, ਨਾਮ ਰਤੇ ਤੀਰਥ ਸੇ ਨਿਰਮਲ, ਜਿਹੜੇ ਨਾਮ ਵਿੱਚ ਰਤੇ ਹੋਏ ਹਨ ਇਹ ਤੀਰਥਾਂ ਨਾਲੋਂ ਵੀ ਨਿਰਮਲ ਹਨ। ਕਿਉਂ ਨਿਰਮਲ ਹਨ? ਕਿਉਂਕਿ ਹੋਮੈ ਦੁੱਖ ਚੁਕਾਇਆ, ਉਹਨਾਂ ਨੂੰ ਜਿਹੜੀ ਹੋਮੇ ਦੁੱਖ ਦੇ ਰਹੀ ਸੀ ਹਰ ਇੱਕ ਨੂੰ, ਉਹ ਖਤਮ ਹੋ ਜਾਂਦੀ ਹੈ। ਨਾਨਕ ਤਿਨਕੇ ਚਰਨ ਪਖਾਲੈ, ਜਿਨ੍ਹਾਂ ਗੁਰਮੁਖ ਸਾਚਾ ਪਾਇਆ, ਜਿਨ੍ਹਾਂ ਬਾਣੀ ਦੇ ਰਾਹੀਂ ਵਾਹਿਗੁਰੂ ਦਾ ਦੀਦਾਰ ਕਰ ਲਿਆ ਹੈ, ਉਹਨਾਂ ਦੇ ਮੈਂ ਚਰਨ ਧੋ ਧੋ ਕੇ ਪੀਂਦਾ ਹਾਂ ਅਤੇ ਉਹਨਾਂ ਦੀ ਮੈਂ ਹਮੇਸ਼ਾ ਸਿਫਤ ਕਰਦਾ। ਇਹ ਹੈ ਪ੍ਰਭਾਤੀ ਰਾਗ ਦਾ ਆਖਰੀ ਸ਼ਬਦ, ਤਾਂ ਕਿ ਅਸੀਂ ਇਸ ਰਾਗ ਤੋਂ ਸ਼ੁਰੂ ਹੋ ਕੇ ਉਸ ਸਥਾਨ 'ਤੇ ਪੁੱਜ ਜਾਈਏ। ਫਿਰ ਸਾਨੂੰ ਕਦੀ ਕਿਸੇ ਵੇਲੇ ਵੀ ਇਹ ਖਿਆਲ ਪੈਦਾ ਨਾ ਹੋ ਜਾਏ ਕਿ ਹੋਰ ਵੀ ਕੋਈ ਕਰਮ ਹੈ ਇਸ ਕੀਰਤਨ ਤੋਂ ਸਿਵਾ। ਬਸ ਇਹੀ ਕੀਰਤਨ ਅਰਦਾਸ ਕਰਦੇ ਰਹੀਏ। ਮਹਾਰਾਜ ਦੀ ਵੀ ਇਹ ਅਰਦਾਸ ਹੁੰਦੀ ਸੀ ਗੁਰੂ ਅਰਜਨ ਮਹਾਰਾਜ ਦੀ ਕਿ ਮੇਰੇ ਕੰਨਾਂ ਅੰਦਰ ਹੋਰ ਕੁਛ ਨਾ ਪਾਈ ਸਵਾਏ ਕੀਰਤਨ ਤੋਂ, ਕਿਉਂਕਿ ਕੀਰਤਨ ਅੰਦਰ ਸ਼ਕਤੀ ਹੈ ਜਿਹੜੀ ਮੈਨੂੰ ਤੇਰੇ ਨਾਲ ਮਿਲਾ ਸਕਦੀ ਹੈ। ਅਤੇ ਇਹੀ ਪਿਤਾ ਫੁਰਮਾਉਂਦੇ ਰਹਿੰਦੇ ਸਨ ਕਿ ਪ੍ਰਭੂ ਮੈਨੂੰ ਸਾਕਤ ਗੀਤ ਨਾਦ, ਇਹ ਸਾਕਤਾਂ ਦਾ ਗੀਤ ਅਤੇ ਨਾਦ ਮੇਰੇ ਕੰਨਾਂ 'ਚ ਨਾ ਪਾਈ, ਮੈਨੂੰ ਸ਼ਬਦ ਦੀ ਦਾਤ ਦਿੰਦਾ ਰਹੀ, ਤਾਂ ਕਿ ਅਸੀਂ ਇਸ ਕੀਰਤਨ ਦੇ ਰਾਹੀਂ ਉੱਥੋਂ ਪਾ ਸਕੀਏ। ਕਿਤੇ ਨੂੰ ਕੋਈ ਇੱਜ਼ਤ ਕੀਰਤਨੀਆਂ ਦੀ ਕਰਨੀ ਚਾਹੀਦੀ ਹੈ। ਪਿਤਾ ਦੇ ਆਖਰੀ ਕੁਛ ਫੁਰਮਾਨ ਸਨ, ਇਹ ਮੈਂ ਤਾਂ ਸੁਣਾਉਣ ਲੱਗਾ। ਅਸੀਂ ਉਂਝ ਬੜਾ ਆਦਰ ਕਰਦੇ ਹਾਂ, ਬੜੇ ਕੀਰਤਨੀਆਂ ਦਾ ਸਨਮਾਨ ਕਰਦੇ ਹਾਂ, ਪਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦੋ ਹੁਕਮ ਹੋਏ ਹੋਏ ਨੇ, ਉਂਝ ਤਾਂ 52 ਹੁਕਮ ਸਨ। ਜਿਸ ਵੇਲੇ ਆਪਨੇ ਜੋਤੀ ਜੋਤ ਸਮਾਏ ਨੇ, ਖਾਲਸੇ ਨੂੰ ਗੁਰੂ ਗ੍ਰੰਥ ਨੂੰ ਆਪਨੇ ਗੁਰਗੱਦੀ ਦੀ ਜ਼ਿੰਮੇਵਾਰੀ ਬਖਸ਼ੀ ਹੈ, ਉਸ ਵੇਲੇ ਇੱਕ ਤਾਂ ਹੁਕਮ ਇਹ ਕੀਤਾ ਸੀ ਕਿ ਜਿਸ ਵੇਲੇ ਅੱਧਾ ਦਿਨ ਹੋ ਜਾਏ ਟਾਡੀਆਂ ਨੂੰ ਲਾ ਦੇਣਾ, ਟਾਡੀਆਂ ਨੂੰ ਨਿਸਫ ਦਿਨ ਤੋਂ ਬਾਅਦ ਲਾਉਣਾ, ਪਹਿਲਾਂ ਟਾਡੀਆਂ ਨੂੰ ਨਾ ਲਾਉਣਾ। ਅਤੇ ਦੂਸਰਾ ਹੁਕਮ ਇਹ ਕੀਤਾ ਸਾਨੇ ਕਿ ਰਬਾਬੀ ਦੀ ਰੱਜ ਕੇ ਇੱਜ਼ਤ ਕਰਨੀ, ਦਾਮ ਅਨੰਤ ਜੋ ਦੇ ਰਬਾਬੀ, ਮਾਨੋ ਗੁਰੂ ਗ੍ਰੰਥ 'ਤੇ ਚੜ੍ਹੀ ਆਬੀ। ਜਿਹੜਾ ਰਬਾਬੀ ਨੂੰ ਖੁੱਲ੍ਹਾ ਦਾਨ ਦੇ ਰਿਹਾ ਹੈ, ਸਮਝੋ ਗੁਰੂ ਗ੍ਰੰਥ ਸਾਹਿਬ ਦੀ ਸ਼ਾਨ ਨੂੰ ਵਧਾ ਰਿਹਾ ਹੈ। ਅਤੇ ਅਗਲੀ ਤੁਕ ਫਿਰ ਰਬਾਬੀਆਂ ਲਈ ਹੈ, ਜੇ ਬਹੁਤਾ ਧਨ ਹੋਵੇ, ਜੇ ਇਸ ਨੂੰ ਇਹ ਹੁਕਮ ਸੁਣ ਕੇ ਕੁਦਰਤੀ ਬਹੁਤਾ ਧਨ ਹੋ ਜਾਏਗਾ ਤਾਂ ਉਹ ਫਿਰ ਨਿਰਬਾਹ ਖਾਤਰ ਲੇਵੇ, ਜੇ ਬਹੁਤਾ ਹੋ ਜਾਏ ਜਹਾਂ ਤਹਾਂ ਉਹ ਦੇਵੇ, ਉੱਥੇ ਇਤਨੇ ਧਨ ਨਾ ਲੈ ਕੇ ਜਾਏ। ਉਸਨੂੰ ਇਹ ਵੀ ਖਿਆਲ ਰਵੇ ਕਿ ਗੁਰੂ ਦੇ ਹੁਕਮ ਨਾਲ ਮੈਨੂੰ ਮਿਲਿਆ, ਸਾਡਾ ਬਸ ਇਤਨਾ ਹੀ ਫਰਜ਼ ਹੈ। ਚੰਗੇ ਰਾਗੀ ਭਾਈ ਹੀਰਾ ਸਿੰਘ ਜੀ ਅਤੇ ਇਸੇ ਬੱਚੇ ਦਾ ਬਾਪ ਭਾਈ ਧਰਮ ਸਿੰਘ ਜੀ ਇਹ ਗੱਲ ਸਾਰੀ ਜ਼ਿੰਦਗੀ ਜ਼ਖਮੀ ਜੀ ਸਮਝਦੇ ਰਹਿ ਗਏ ਹਨ ਕਿ ਸਿਰਫ ਸ਼ਬਦ ਕਰਕੇ ਸਤਿਕਾਰ ਹੈ ਅਤੇ ਸਾਡਾ ਹਿਰਦਾ ਵੀ ਹਮੇਸ਼ਾ ਸ਼ਬਦ ਸੁਣ ਕੇ ਖਿੜਦਾ ਹੈ। ਇਹ ਦਾਤ ਸਾਨੂੰ ਕੀਰਤਨ ਦੀ ਮਿਲੀ ਅਤੇ ਉਸੇ ਦਾ ਸਦਕਾ ਹੈ ਕਿ ਮਰਦਾਨਾ ਸੂਰਮਾ ਬਣ ਕੇ ਸੰਸਾਰ 'ਤੇ ਵਿਚਰਿਆ। ਅਤੇ ਇਹੀ ਗੱਲ ਅਸੀਂ ਗੁਰੂਆਂ ਪਿਤਾ ਬਾਰੇ ਜਿਸ ਵੇਲੇ ਆਖਣ ਲੱਗਨੇ ਹਾਂ ਤਾਂ ਸਾਨੂੰ ਹਿਰਦੇ 'ਚ ਸ਼ਾਂਤੀ ਹੁੰਦੀ ਹੈ। ਗੁਰੂ ਨਾਨਕ ਸਾਹਿਬ ਤੁਸੀਂ ਆਏ ਸੋ ਸਾਨੂੰ ਮਰਦਾਨਾ ਬਣਾ ਗਏ, ਕਲਗੀ ਪਿਤਾ ਤੁਸੀਂ ਆਏ ਸੋ ਸਾਨੂੰ ਬੰਦਾ ਬਣਾ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।